पता नहीं किधे गए। मां ने आख्या भी आई सुबह सुबह कोई चीज लिया के देव्या मेनू, हर शाय जड़ी है बनावनी आई है, बोरी आवना है, पता नहीं उन्होंने याद भी है या नहीं। कमाल करें दे नो ओए आज खैर होवे एडी दमे नाटे दी गुद्दी बैठी है। भूल गए किवें? भूल गया कोई नहीं याद तो आना दस्सी आई बे। आज बोर है ना ही आवना दस्सी आई तो आना मुड़ भूल गए हो तुसी। ओथो कोई लिया दे मेनू कैसे तुहानू पता भी है भाई। की पकाए जी? मैं ते बनाया है मटन बनाया है नाल पुलाव नाल दूसरा है ओ की जेड़ा ए नाश्ते जितना कुछ जो अखे नाश्ते दी इतना कोई पता नहीं दोपहर दे खाने का रुक से या ना रुक से। और तुहानू पता है चंगी तरह बे अब्बू री जिदे भी जांदे टाइम नाल जाके वो आंदे भी इन्ने किसी हाल देर नाल जावण दा फायदा हला मैं तो नाश्ता दे ਹੁਣ ਸਫ਼ਰ ਕਰ ਲਓ ਬੁਰਨ ਤਾਂ ਆਵਣ ਦਿਓ ਹੁਣ ਉਹ ਗਾਲ ਇਸੰਗੇ ਆਖੋ ਨਾ ਆਪਣੀ ਰੂਟੀਨ ਆ ਕਸਰ ਮੈਂ ਭੁੱਖ ਤੁਸੀਂ ਤੁਹਾਡੀ ਹਮੇਸ਼ਾ ਮੈਂ ਗਾਲ ਵੇਖੀ ਕਦੀ ਵੀ ਤੁਸੀਂ ਮੇਰੇ ਅੱਬੂ ਹਰਨ ਰਿਸਪੈਕਟ ਨਹੀਂ ਕੀਤੀ ਹਮੇਸ਼ਾ ਮੈਂ ਆਨੀ ਹੈ ਕਿ ਤੁਸੀਂ ਪਤਾ ਨਹੀਂ ਕੀ ਸਮਝਦੇ ਹੋ ਇਮਾਨਦਾਰ ਦੀ ਗੱਲ ਦੱਸ ਆਜ ਟਾਈਮ ਮੈਂ ਤੇਰੇ ਬੁੱਧੇ ਕੁਝ ਬੋਲਣੇ ਹੋਵਾਂ ਕਈ ਗੱਲ ਕੀਤੇ ਵੇਖੋ ਵਾਅਦਾ ਕੀਤੇ ਕੋ ਘਟਾ ਇਹ ਤੇ ਇਲਜ਼ਾਮ ਇਹ ਤਾਂ ਇਹ ਗੱਲ ਕੀਤੇ ਮੇਰੇ ਨਾਲ ਵਾਦੂ ਅੱਛਾ ਗੱਲ ਸੁਣੋ ਨਾ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਨੂੰ ਪਤਾ ਹੈ ਨਾ ਕਿ ਮੋੜੋ ਅੱਬੂ ਹਰਨ ਹਾਈ ਜ਼ਰੂਰਤ ਤੇ ਉਹ ਪੁੱਛਦੇ ਪੈਣਗੇ ਉੱਥੇ ਜਿਹੜੀਆਂ ਲੱਕੜੀਆਂ ਵੱਡੀਆਂ ਮੁੱਢੀਆਂ ਪਈਆਂ ਰੋਟੀ ਦੇ ਸਾਦੀ ਸੂਦੀ ਨਹੀਂ ਹੈ ਤੁਹਾਡੇ ਕਣ ਕੋਫਤੇ ਤਾਲ ਰੱਖੇ ਨੇ ਖਾਓ ਸਾਦੀ ਸੂਦੀ ਅੱਗੇ ਤੁਹਾਨੂੰ ਸਾਦੀ ਰੋਟੀ ਦੇਣ ਦੀ ਰੋਟੀ ਦੇ ਚਟਨੀ ਪਈ ਹੈ ਜੀ ਆ ਚਟਨੀ ਵੀ ਬਣਾਈ ਹੈ ਪਤਾ ਨਹੀਂ ਹੁਣ ਕਿਤਨੇ ਹਨ ਮੈਨੂੰ ਲੱਗਦਾ ਆਉਂਦਾ ਪਿਆ ਚਾਚੂ ਵੀ ਨਾਲ ਅੱਛਾ ਸਾਰੇ ਆਉਂਦੇ ਪੈਣ ਖੈਰ ਅੱਜ ਕੋਈ ਮਸਲਾ ਤਾਂ ਨਹੀਂ ਉਹ ਮਿਲਣ ਆਉਂਦੇ ਪੈਣ ਉਹ ਤੁਹਾਨੂੰ ਪਤਾ ਹੈ ਨੋਕੀ ਦੀ ਸਾਲਗਿਰਾ ਤੇ ਕੋਈ ਨਾ ਆਏ ਹਾਂ ਤੇ ਹੁਣ ਉਹ ਮਿਲਣ ਆਉਂਦੇ ਪੈਣ ਨੇ ਮੇਰੀ ਗੱਲ ਨਹੀਂ ਨੋਕੀ ਨੂੰ ਤਾਂ ਗਿਫਟ ਸ਼ਿਫਟ ਦੇਵਣੇ ਇਸ ਵਾਸਤੇ ਮੰਨਦਾ ਵੀ ਤਾਂ ਇੱਕੋ ਇੱਕ ਹੀ ਦੋਸਤ ਹੈ ਹਾਂ ਇਹ ਤਾਂ ਹੈ ਉਹ ਹੈ ਅੱਜ ਕਿਦੇ ਅੰਮੀ ਵੀ ਅੱਜ ਕਾਇੰਦਿਸ ਤੇ ਵੀ ਖੈਰ ਵਦੇ ਉਸ ਅੰਦਰ ਕਿਦੇ ਮੈਂ ਅੰਦਾਜ਼ਾ ਹੋ ਜਾਂਦਾ ਕਿ ਕਿਤਨੇ ਕਮੇਤੇ ਖੁਸ਼ ਹੈ ਵੈਸੇ ਇੱਕ ਗੱਲ ਹੈ ਤੁਸੀਂ ਮਾਂ ਨੇ ਦੱਸੋ ਅਗਰ ਅੰਮੀ ਹੋਰੀ ਖੁਸ਼ ਨਾ ਤਾਂ ਮੁੜ ਕਿਉਂ ਕੀਤੀ ਤੁਸੀਂ ਸ਼ਾਦੀ ਚੁੱਲ੍ਹੇ ਮੇਰਾ ਪੁੱਤਰ ਤੂੰ ਵੀ ਸੋਹਣੀ ਰਿੜਕਦੀ ਏ ਕਿਹੜਾ ਹੋਣਾ ਪੀਵੇ ਤੇ ਲੱਸੀ ਤੇ ਤੂੰ ਵੀ ਸੋਹਣੀ ਰਿੜਕਦੀ ਹੁਣ ਪਾਣੀ ਦੀ ਮੈਂ ਉੱਚਾ ਇੱਥੇ ਕਿਸਮਤ ਨਾਲ ਜਾ ਕੇ ਇੱਕ ਬੰਦੇ ਜਾਵਣਾ ਤੇ ਉਸ ਲੈ ਆਵਣਾ ਤੇ ਤਾਂ ਕਾਸ਼ਾ ਪੱਕਣੀ ਹੈ
ਸਾਡੇ ਘਰੇ ਚ ਇਹ ਗੱਲ ਕੋਈ ਹਾਂ ਨੋਕਿਆ ਨਾ ਖੱਪੇ ਕਰ ਆਲੀਆ ਅਸਲਾਮ ਅਲੈਕਮ ਆ ਭਾਈ ਸੰਕਾਰ ਦੇ ਤਾਂ ਕਿਦੇ ਆਣ ਆਂਦੀ ਆ ਮੈਂ ਕੁਰਾਨ ਪੜਨ ਦੀ ਹਾਂ ਤੁਹਾਨੂੰ ਕੋ ਨਹੀਂ ਪਤਾ ਅੰਮੀ ਹਰੀ ਮੇਂ ਸਾਜੇ ਗਲੇਨ ਆਂਦੇ ਤੂੰ ਕੁਰਾਨ ਗਿਆ ਕਰ ਮੈਂ ਇੱਕ ਗੱਲ ਹੁਣ ਸੋਚ ਲਈ ਹੈ ਇੱਥੇ ਨਾ ਅਸੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆਈ ਇਹਨੂੰ ਮੈਂ ਉਦਾਈ ਅੱਬੂ ਹੋਰਾਂ ਦੇ ਨਾਲ ਗੱਲ ਸਟੇਨੀ ਆ ਉਠਾਈ ਪੜ ਸੇ ਜਿਹੜਾ ਖਰਚਾ ਹੈ ਸੀ ਆਪਣਾ ਆਪ ਗੱਲੀ ਰਖਸਾਨ ਆ ਅੱਬੂ ਹੋਰਾਂ ਦਾ ਕੀ ਬੋਝ ਬਣਾਉਣਾ ਸਾਡਾ ਪਿਓ ਵੀ ਤੇ ਪੜਾ ਸਾਡਾ ਦਾਦਾ ਵੀ ਤੇ ਪੜਾ ਇਹ ਕੋਈ ਨਹੀਂ ਨਵੀਂ ਲਾ ਦਿੱਚੂ ਇਹ ਵੀ ਤੇ ਪੜ ਸੀ ਗਿਆ ਪਰ ਮੈਨੂੰ ਇਸ ਦੀ ਇੱਥੋਂ ਦਾ ਮਾਹੌਲ ਤੇ ਨਹੀਂ ਪਰਵਰਿਸ਼ ਚਾਹੀਦੀ ਮੇਰਾ ਪੁੱਤਰ ਅੱਗੇ ਮਾਨ ਵੀ ਕਿਦਾਈ ਨਾ ਗੱਲਿਆ ਉਹ ਵੀ ਤਾਂ ਮੇਰੇ ਕੋਲ ਹੀ ਪੜਦਾ ਰਿਹਾ ਤੇ ਇੱਥੇ ਵੀ ਬੜੇ ਅੱਛੇ ਸਕੂਲ ਹਨ ਆ ਪਾਣੀ ਵੇਖ ਕੇ ਦੁਬਾਰਾ ਲਾ ਅੱਛਾ ਅਮੀ ਜੀ ਬੱਚਿਆਂ ਦੀ ਵਾਸਤੇ ਤਾਂ ਸੋਚਣਾ ਚਾਹੀਦਾ ਨਾ ਬਸ ਠੀਕ ਹੈ ਚਾਰ ਜਮਾਤਾਂ ਪੜ ਜਾ ਸੀ ਜਾਂ ਕੋਈ ਬੰਦੇ ਦਾ ਬੱਚਿਆਂ ਵਾਲਾ ਇਸ ਨੂੰ ਪਤਾ ਲੱਗ ਜਾ ਤੇ ਸਾਰਾ ਦੇ ਬੰਟੇ ਖੇਡਦਾ ਹੈ ਸਾਰਾ ਦੇ ਬਾਹਰ ਤੁਰੇ ਆਉਂਦਾ ਲੋਕਾਂ ਨਾਲ ਉਸ ਤੋਂ ਬਿਹਤਰ ਨਹੀਂ ਔਰ ਨਾਲੇ ਲੈਂਗੁਏਜ ਤੁਸੀਂ ਅਸੀਂ ਨਹੀਂ ਨਾ ਵੇਦੇ ਪਿਆ ਅੱਜ ਕੱਲ ਉਹ ਕਿਵੇਂ ਦੀ ਗੱਲਾਂ ਕਰਦਾ ਪਿਆ ਅੱਬੂ ਹੋਰ ਕੋਲ ਜਿੰਨਾ ਅਰਸਾ ਸੀ ਰਹੇ ਆ ਠੀਕ ਆ ਹੁਣ ਜਦੋਂ ਦੇ ਇੱਥੇ ਆਇਆ ਹੁਣੇ ਬਦਤਮੀਜ਼ ਹੋ ਗਏ इतने साल शहर तो गए अब्बू को जेड़ा महीना गत्या उसे जे जनाब सारे ठीक ठीक तने पता है अब्बू री सुबह जांदे नमाज ते नाल जांदा है अम्मी री नमाज कोई नहीं पढ़दे मेरे को कोई नहीं खुश होंदा है उदाई मां भी जाती है दम्मी मां कर दी है नहीं पढ़ ले कर नमाज जी बाल है केड़ा कोई एड़ा भाई हुन चुप कर जे कट कर फिर ला देख इक दे इक दे नाने दा चमचा ना नमदा पिया ਬਕਰਾ ਵਿਲਾਜ ਤੇ ਨਾ ਉਹਨਾਂ ਨੇ ਕਾਲ ਲੈ ਨਾ ਨਹੀਂ ਹੁੰਦਾ ਪਰ ਅੱਛਾ ਉਹ ਤਾਂ ਬੂਰਾਂ ਦੀ ਮਰਜ਼ੀ ਨੂੰ ਉਹਨਾਂ ਜਿਹੜਾ ਫੈਸਲਾ ਕਰਨਾ ਹੋਈ ਹੈ ਉਹਨਾਂ ਬੂਰਾ ਤੋਂ ਵੱਧ ਨਹੀਂ ਨਾ ਸਕਦੀ ਨਾ ਦੀ ਘਰ ਮੇਰੀ ਗੱਲ ਚ ਨਾ ਇੱਕ ਮਿੰਟ ਨਾਲ ਹੀ ਸਹਿ ਵੀ ਰਿਹਾ ਕਿ ਮੋੜ ਮੇਰਾ ਮੀਟਰ ਸ਼ਾਰਟ ਹੁੰਦਾ ਕਿਹੜੀ ਤੁਹਾਡੀ ਗੱਲ ਨਾ ਇੱਕ ਚੁੱਪ ਕਰ ਜਾ ਅੰਮੀ ਨੇ ਸਾਂ ਗੱਲ ਨਾ ਅਰੇ ਮੇਰੇ ਪੁੱਤ ਤੂੰ ਰੋਟੀ ਖਾ ਨਾ ਚੁੱਪ ਕਰ ਆ ਲਿਆ ਇੱਕ ਵਾਰੀ ਹੋ ਚਲਾ ਤਾ ਕਰ ਆਵੇਂ ਤਾਂ ਸਹੀ ਮੋੜ ਤੂੰ ਤਾਂ ਜਿਹੜਾ ਹੈ ਮੈਂ ਤੇ ਆਦੀਆਂ ਬਈਏ ਚਲ ਨਿੱਕਾ ਜਿਹਾ ਹੈ ਚਲੋ ਸਾਡੇ ਘਰ ਦੇ ਰੋਣਾ ਕੇ ਵਗ ਗਿਆ ਤਾਂ ਬਈ ਜਿਹੜਾ ਇਹ ਘਰ ਜਿਹੜਾ ਸੁਣਿਆ ਸੁਣਿਆ ਤੇ ਜੇ ਖਾਲੀ ਖਾਲੀ ਲੱਗਿਆ ਮੈਂ ਮਿਲੋ ਕੀ ਸੀਗਾ ਬੇਕ ਪੁੱਤਰ ਨੂੰ ਪੜਾ ਸਕਿਆ ਹਾਂ ਮੈਂ ਤੇ ਹੀ ਹੋਈ ਆ ਤੇ ਪੜਨ ਵਾਸਤੇ ਹੀ ਪੜਾਇਆ ਨਾਨਕ ਕਿਆ ਕੋ ਨਹੀਂ ਪੜਾਇਆ ਖਰਚਾ ਜੋ ਗਏ ਨਹੀਂ ਮੈਂ ਜੇ ਕੋ ਕਮੀਨਾ ਨਹੀਂ ਅਸੀਂ ਮਹੀਨੇ ਦਾ ਖਰਚਾ ਖਾਲੀ ਰੱਖਸਾ ਹੈ ਜੇ ਖਰਚਾ ਹੀ ਕਰਨਾ ਤੇ ਮੇਰੇ ਚਾ ਨੇਕ ਕਿਹੜੀ ਗੱਲ ਦੀ ਦੇਣੀ ਹੈ ਇੱਕ ਇਹ ਵੀ ਬੜਾ ਟਾਈਮ ਟੇਬਲ ਬਣੇ ਹੁੰਦਾ ਕਿ ਸਾਜਰੇ ਉੱਠੀ ਕਿਉਂ ਛੱਡ ਆਸਨ ਲੈ ਆਸਨ ਹਾਂ ਇੱਥੇ ਸਾਜਰੇ ਕੋਈ ਨਹੀਂ ਉੱਠੀ ਕਿ ਛੱਡਦਾ ਤੁਹਾਨੂੰ ਟਾਈਮ ਮਿਲਦਾ ਹੈ ਕੋਈ ਨਹੀਂ ਜਾਂਦਾ ਬਸ ਸ਼ਿਕਾਰ ਸ਼ਿਕਾਰ ਤੋਂ ਹਟ ਕੇ ਯਾਰ ਬੇਲੀ ਤੁਹਾਨੂੰ ਤਾਂ ਬਸ ਇਹੀ ਕੰਮ ਹੈ ਯਾਰ ਬੇਲੀ ਜਿੱਤਰਾ ਤੁਸੀਂ ਬੱਚੇ ਤੇ ਫੋਕਸ ਕਰਦੇ ਪਏ ਮੈਂ ਵੇਦੀ ਪਈ ਆ ਮੈਂ ਬੱਚੀ ਨਹੀਂ ਤੂੰ ਜੋ ਚਾਰ ਜਮਤ ਪੜੀ ਨਹੀਂ ਤੇਰਾ ਕੰਮ ਸ਼ਾਮੇ ਨਾਕ ਪੜਾ ਜੇ ਲਿਆਵੇ ਜੀ ਅੱਧੀ ਹੋਈ ਇਜਾਜ਼ਤ ਮੈਂ ਛੱਡ ਆਈ ਕਰ ਸਤੇ ਲਾਇਆ ਛੱਡਣਾ ਕਿਉਂ ਹੈ ਪਰ ਕਿ ਜੇ ਲਿਆਵੇ ਕੋਲ ਤੂੰ ਪੜਾ ਪੜਾ ਛੱਡੋ ਲੈਣ ਮੇਰਾ ਕੰਮ ਹੈ ਘਰੇ ਚ ਬੱਚੇ ਨਹੀਂ ਪੜਦੇ ਤੁਹਾਨੂੰ ਪਤਾ ਹੈ ਮਾਪਿਓ ਦਾ ਐਡਾ ਝਾਕਾ ਨਹੀਂ ਹੁੰਦਾ ਜਿਹੜਾ ਉਸਤਾਦ ਦਾ ਹੁੰਦਾ ਮੈਂ ਨਾ ਪੜਾ ਤਾਂ ਸ਼ਬੂ ਨਾਲ ਚਾ ਉਹ ਲੈ ਜਾਂਦਾ ਹੁੰਦਾ ਕਿਹੜੀ ਸਕੂਲ ਤੋਂ ਰਿਆ ਨਹੀਂ ਸੁਣ ਲਓ ਜਿਹੜਾ ਕੁਝ ਪੜਿਆ ਸੁਣ ਤੀ ਕਰ ਕੀ ਇਹਨਾਂ ਕੋ ਯਾਦ ਹੈ ਨਾਨਕਿਆ ਦਾ ਰਹਿ ਹੁੰਦਾ ਮਹੀਨਾ ਚੋੜ ਹੋ ਜਾਂਦਾ ਨਾਨਕਿਆ ਦੇ ਘਰ ਤੇ ਮਾਹੌਲ ਕੋਈ ਨਹੀਂ ਹੈ ਇੱਥੇ ਅਲਬਤਾ ਮਾਹੌਲ ਮਿਲੇ ਹੋ ਤੇ ਮੋਬਾਈਲ ਤੇ ਜੁੜੇ ਹੁੰਦਾ ਹਰ ਟਾਈਮ ਹੈ ਮੋਬਾਈਲ ਮਿਲ ਮੋਬਾਈਲ ਦੇ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਆਉਂਦਾ ਹੈ ਯਾਰ ਚਾਜੀ ਤੁਹਾਡੇ ਕੋਲ ਹੋਇਆ ਨਹੀਂ ਤਾਂ ਸਾਰਾ ਕੁਝ ਸਿੱਖਣ ਨੂੰ ਹੋਇਆ ਇੱਥੇ ਹੀ ਸਾਰਾ ਕੰਜਰ ਕਰਤਾ ਹੈ ਤੇ ਤੁਸੀਂ ਇਹਨੂੰ ਲੈ ਦਿਓ ਨਾ ਛੋਟਾ ਇਸ ਨੂੰ ਲੈ ਦਿਓ ਇੱਥੇ ਆ ਐਡੇ ਸਾਰੇ ਟਿੱਡਣ ਮੈਂ ਹੁਣੇ ਦਾ ਅੱਗੇ ਤੇਨੇ ਸ਼ੋਕਾ ਨਹੀਂ ਆ ਹੁਣੇ ਨ ਸ਼ੋਕਾ ਚਾਰ ਚ ਮੈਂ ਅੱਬੂ ਨਾਲ ਸੌ ਤੈਨ ਲੈ ਦੇ ਸਨ ਤੂੰ ਪਰੇਸ਼ਾਨ ਠੀਕ ਹੈ ਅੰਮੀ ਜੀ ਗੱਲ ਡਨ ਹੋ ਗਈ ਡਨ ਕਰੋ ਪਹਿਲੇ ਡਨ ਆਖਿਆ ਨਾ ਅੱਬੂ ਰੀ ਆਂਦੇ ਪੈਨ ਉਹਨਾਂ ਨੂੰ ਆਖ ਸਨ ਬਾ ਠੀਕ ਉਹ ਲੈ ਕੇ ਦੇ ਸਨ ਤੇ ਮੈਨੂੰ ਇੱਕ ਦੁੱਖ ਹੀ ਆ ਨਾਨੀ ਹੋਰਾਂ ਤੇ ਮੁੜ ਕਿਹੜੀ ਚੀਜ਼ ਦਾ ਮੇਰੀ ਜਾਲ ਜਿਹੜਾ ਤੇ ਨਾ ਨਾ ਉਸੇ ਵਾਸਤੇ ਆਂਦੇ ਪੈਨ ਤੇਰੇ ਗਿਫਟ ਦੇਵਣ ਵਾਸਤੇ ਚਾਚੂ ਵੀ ਆਂਦਾ ਪਈ ਮਾਮੂ ਵੀ ਆਂਦਾ ਪਈ ਆਹ ਆਂਦੇ ਪੈਨ ਉਹ ਜਾਈ ਵੀ ਆਂਦੀ ਪਈ ਹੈ ਹੁਣ ਮੈਂ ਤਿਆਰੀ ਪਹਿਲੇ ਕਰ ਲਈ ਤੇ ਤੂੰ ਨਾਲ ਮਿਲਣਾ ਪਰ ਜਾਈ ਵੀ ਆਂਦੀ ਪਈ ਸਾਰੇ ਆਂਦੇ ਪੈਨ ਮਾਨ ਮੈਂ ਮੁੜ ਬੰਨਾ ਕਰੋ ਤੁਸੀਂ ਅੰਮੀ ਆਪਣਾ ਕੰਮ ਕਰੋ ਮੇਰੀ ਕੋਈ ਥੋੜੀ ਜਾਈ ਤਬੀਅਤ ਖਰਾਬ ਆਈ ਜੇ ਮੈਂ ਕਿ ਪਤਾ ਕਰਾਂ ਅੱਜ ਕਰਮਾ ਵਾਲੀ ਜੜੀਏ ਮੈਂ ਕਹੀਂ ਦੀ ਬੈਠ ਪਿਆ ਦੀਏ ਪਰਾਣੇ ਆਵਣੇ ਉਹ ਅੱਲਾ ਕੀਤਾ ਹੁਣ ਸੈਂਦੀ ਪਈ ਹੋਵੇ ਆਂਦੇ ਪੈ ਅੱਗੇ ਲੱਗੇ ਆਪ ਜਿੱਤਾ ਭੱਜ ਗਿਆ ਇਹ ਕੰਮ ਭੰਨਾ ਪਤਾ ਨਹੀਂ ਮੈਂ ਹੁਣ ਵੇਖੇ ਤੇ ਜਾਣ ਪਿਆ ਤੇ ਟੁੱਟਾ ਪਿਆ ਹਾ ਕਿਸੇ ਕਾਵੜ ਗੱਡੀ ਉਸੇ ਹੋਰ ਕਹਿ ਕੱਢਣੀ ਇਦਾਂ ਹੀ ਨਿਕਲ ਰਹੀ ਹੈ ਕਾਵੜ ਹੋਰ ਤਾਂ ਮੁੰਡ ਮੂੰਹ ਤੋਂ ਤਾਂ ਬੋਲ ਕੁਝ ਨਹੀਂ ਸਕੀਂਦਾ ਉਹਨੇ ਕੋਈ ਹਰਕਤ ਆ ਕਰਨਾ ਇਹ ਵੀ ਕੋਈ ਹਰਕਤ ਆ ਕਿ ਮੈਨੂੰ ਗਿਫਟ ਅੱਬੂ ਹੋਰਾਂ ਦਿੱਤਾ ਤੇ ਕਿ ਬੰਨਾ ਇੱਥੇ ਤੋ ਕਿਸੇ ਬੰਨ ਸੱਟੇ ਆ ਮੁੜ ਬੰਨ ਕੇ ਅੰਦਰ ਜੋੜ ਕੇ ਰੱਖ ਸੱਟੇ ਆਈ ਇਹ ਵੀ ਕੋਈ ਹਰਕਤ ਅਰੇ ਇਨਸਾਨ ਬੰਨ ਲੈ
ਮੈਨੂੰ ਪਤਾ ਜਿਹੜੀ ਨਿੱਕੀ ਨਿੱਕੀ ਗੱਲ ਦੀ ਕਾਵੜ ਨਿਕਲਦੀ ਵਧੀ ਅਰੇ ਇਨਸਾਨ ਬਣ ਜਾ ਮਤਨਾ ਦਾ ਮੇਰੇ ਮੀਟਰ ਸ਼ਾਰਟ ਹੋਇਆ ਤੇ ਇਹਨੂੰ ਪਤਾ ਬਹੁਤ ਬੈੜਾ ਮੈਂ ਹੁਣ ਕੀ ਕੀਤਾ ਇਹ ਦੱਸੋ ਇਨਸਾਨ ਬਣ ਜਾ ਸੁਖ ਨਹੀਂ ਪਰ ਬਣਾਇਆ ਜਾ ਸਕਦਾ ਕੋਈ ਪਲ ਦਾ ਪੱਕੀ ਚ ਬੋਲਦੀ ਜੇ ਲੈ ਬੋਲਦੀ ਇਹੋ ਮੈਂ ਵੀ ਤੁਹਾਨੂੰ ਆਖਣਾ ਚਾਹਨੀ ਕਿ ਕੀ ਘਰ ਦੇ ਵਿੱਚ ਥੋੜੀ ਦੇਰ ਸੁਖ ਨਹੀਂ ਬਣਾਇਆ ਜਾਂਦਾ ਉਹ ਤਾਂ ਦੀ ਰੋਟੀ ਦੇ ਅਜੇ ਮੈਂ ਸੁਖ ਕੋਈ ਨਹੀਂ ਬਣਾਇਆ ਹੋਇਆ ਚੁੱਪ ਕਰ ਜਾ ਚੁੱਪ ਕਰ ਜਾ ਤੁਸੀਂ ਮੇਰੇ ਨਾਲ ਇਸ ਲਹਿਜੇ ਨਾਲ ਗੱਲ ਨਾ ਕੀਤੀ ਕਰੋ ਮੈਨੂੰ ਲੱਗਦਾ ਬਾਹਰ ਹਰਾਨ ਹੋਇਆ ਆ ਨੋਕਿਆ ਨਹੀਂ ਉਹ ਕਵਾਟੀਆਂ ਦਾ ਹੈ ਆ ਉਹਦਾ ਗੱਡੀ ਆਈ ਏ ਦੇਖੀ ਨਾਨਾ ਨਾ ਆਇਆ ਖਲੋਤੋ ਵੀ ਕੁੱਤੇ ਕੋ ਲਗਾਈ ਨਾਨੇ ਨੂੰ ਨੋਕੀ ਨੂੰ ਵਾਲ ਤਰਬੀਅਤ ਦਿੱਤੀ ਕਰਵਾਇਆ ਖਲੋਤੋ ਵੀ ਆਏ ਖਲੋਤੇ ਉਹਨੇ ਕਮ ਸੇ ਕਮ ਹੁਣ ਤਪ ਸਿਖਾਓ ਚਾ ਕਿ ਬੱਚੇ ਨਾਲ ਕਿਵੇਂ ਬੁਲਿੰਦਾ ਮੋਹਤਰਮ ਜਨਾਬ ਨਾਨਾ ਸ਼ਰੀਫ ਸਾਹਿਬ ਅਗਰ ਤਸ਼ਰੀਫ ਫਰਮਾ ਹੋਵੇਂ ਉਤੇ ਤੇ ਤੁਹਾਡੇ ਕੋ ਮੁਅੱਦਬਾਨਾ ਗੁਜ਼ਾਰਿਸ਼ ਹੈ ਮੋਹਤਰਮ ਨੋਕੀਆ ਸਾਹਿਬ ਉਹਨਾਂ ਨੂੰ ਬਾਅਦਬ ਤਰੀਕੇ ਨਾਲ ਉਹ ਲੈ ਕੇ ਵਿਆ ਮਾਂ ਜੀ ਇਹ ਨਾ ਕੀਤਾ ਕਰੋ ਇਹ ਬੱਚਿਆਂ ਤੇ ਚੰਗਾ ਬਲਾ ਅਸਰ ਪਾਉਂਦਾ ਮੈਂ ਤੁਹਾਨੂੰ 20 ਵਾਰੀ ਆਖਿਆ ਅਸਰ ਤਾਂ ਅੱਗੇ ਪਿਆ ਮਹੀਨਾ ਉਧਰ ਆ ਨਾਨਾ ਨਾਨਾ ਕਰੇ ਨਾ ਵਦਾ ਔਰ ਵੈਸੇ ਵੀ ਅੱਬੂ ਤੇ ਚਾਚੂ ਰੀ ਆਵਣ ਵਾਲੇ ਤੇ ਬੈਸ ਹੁਣ ਖਤਮ ਕਰੋ ਮਿਹਰਬਾਨੀ ਕਰਿਆ ਤੇ ਅੰਮੀ ਨੂੰ ਵੀ ਆਖ ਛੱਡਿਆ ਜੇ ਥੋੜੀ ਦੇਰ ਹੱਸ ਕੇ ਸਲਾਮ ਦੇ ਛੱਡੇ ਨਾ ਕੁਝ ਨਹੀਂ ਹੁੰਦਾ ਅੱਗੇ ਅੰਮੀ ਕੀ ਆਦੀ ਰਹਿੰਦੀ ਉਹ ਕੋਈ ਨਹੀਂ ਲੁੱਟਣ ਆਉਂਦੇ ਪਏ ਅੰਮੀ ਅੱਗੇ ਕੀ ਆਦੀ ਰਹਿੰਦੀ ਏ ਕੀ ਆਖਿਆ ਅੰਮੀ ਮੀਟਰ ਛੱਡ ਕਿੱਦਾਂ ਕਰ ਮੇਰਾ ਇਹ ਸਿਰਫ ਮੇਰੇ ਨਾਲ ਤੁਸੀਂ ਇਸ ਲਹਿਜੇ ਨਾਲ ਗੱਲ ਕਰ ਲੈਂਦੇ ਹੋ ਪਤਾ ਨਹੀਂ ਮੁੜ ਆਖਿਆ ਔਰਤਾਂ ਇੱਜ਼ਤ ਨਹੀਂ ਕਰਦੀਆਂ ਤੇਰੇ ਨਾਲ ਫਜ਼ੂਲ ਆ ਚੇਰ ਕਪਾਣਾ ਮੈਂ ਤੁਹਾਡੀ ਵੀ ਸੋਚ ਹੈ ਚਾਰ ਗੱਲ ਤੁਹਾਡੀ ਮਨੀ ਸੀ ਮੈਂ ਏਡੀ ਬੱਚੀ ਨਹੀਂ ਮੈਂ ਸਭ ਕੁਝ ਵੇਖਦੀ ਪਈ ਹਾਂ ਕਿਵੇਂ ਹੌਲੀ ਹੌਲੀ ਤੁਸੀਂ ਹਰ ਸ਼ਾਇਦ ਤੇ ਕਾਬੂ ਗੱਤੀ ਜਾਂਦੇ ਹੋ ਸਾਰਾ ਪਤਾ ਹੈ ਮੈਨੂੰ ਮੈਂ ਅੱਜ ਅੱਬੂ ਆਂਦੇ ਨੂੰ ਉਹਨਾਂ ਦੇ ਨਾਲ ਗੱਲ ਕਰੇਨੀ ਆ ਇਹ ਮੇਰੇ ਪੁੱਤ ਦਾ ਇੱਥੇ ਕੀ ਇਸ ਮੁਸਤਕਬਲ ਹੀ ਨਾ ਬਣਨ ਦੇਵਣਾ ਐਡਾ ਵੱਡਾ ਤੇ ਆਪ ਆਦੀ ਮੇਰੀ ਅੱਖੇ ਤੋਂ ਦੂਰ ਨਾ ਹੋਵੇ ਤੇ ਮੇਰੇ ਪੁੱਤਰ ਨੂੰ ਮੁੜ ਉਸ ਦੀ ਕੋਈ ਜ਼ਿੰਦਗੀ ਬਣਾਉਣ ਦਾ ਇਹਨਾਂ ਨੂੰ ਸ਼ੌਕ ਹੀ ਕੋਈ ਨਹੀਂ ਮੇਰੀ ਮਰਜ਼ੀ ਮੇਰੇ ਅੱਬੂ ਹੋਰੇ ਜਿਤਨਾ ਕੁਝ ਕਰਦੇ ਪੈਣ ਤਾਂ ਮੈਨੂੰ ਪਤਾ ਹੈ ਅਸੀਂ ਅੱਗੇ ਕੋਈ ਨਾ ਪੜ੍ਹੇ ਲਿਖੇ ਸਾਨੂੰ ਉਹਨਾਂ ਕੋਈ ਨਹੀਂ ਪੜ੍ਹਾਇਆ ਮੈਂ ਪੁੱਤਰ ਨੂੰ ਥਾਂ ਹੀ ਪੜ੍ਹਾਇਆ ਤੇ ਵੀ ਥਾਂ ਹੀ ਪੜ੍ਹ ਸੀ ਤੁਹਾਡੀ ਤਾਂ ਮੈਂ ਵੀ ਨਹੀਂ ਮਨੀ ਵਣਦੇ ਬਣੀ ਫੈਸਲਾ ਤਾਂ ਉਹੀ ਹੋਣਾ ਜਿਹੜੇ ਮੇਰੇ ਅੱਬੂ ਆਖਣ ਮੇਰੇ ਅੱਬੂ ਦੇ ਅੱਗੋਂ ਤਾਂ ਚੂਚਾ ਹੀ ਨਹੀਂ ਕਰਦੇ ਬੜੇ ਮੱਠੇ ਹੋ ਜਾਂਦੇ ਪਤਾ ਹੀ ਨਹੀਂ ਚੰਗੀ ਤਰ੍ਹਾਂ ਔਰ ਵੈਸੇ ਵੀ ਮੈਨੂੰ ਪਤਾ ਹੈ ਅੱਬੂ ਹੋਰੀ ਮੇਰੀ ਹਰ ਚੀਜ਼ ਜ਼ਾਇਆ ਨਹੀਂ ਕਰਨ ਦਿੰਦੇ ਤੂੰ ਸੰਭਾਲ ਕੇ ਰੱਖ ਸੇ ਇਤਨਾ ਕੁਝ ਪੱਕਾ ਪਿਆ ਪੁੱਛਿਆ ਹੀ ਨਹੀਂ ਕਦੇ ਕਿ ਕੋਈ ਕੋਲ ਖਰਚਾ ਹੈ ਜਾਂ ਨਹੀਂ ਅੱਬੂ ਹੋਰੀ ਜਿਹੜੇ ਪੈਸੇ ਦੇ ਜਾਂਦੇ ਨੇ ਉਹਨਾਂ ਦੀ ਮੈਂ ਹਰ ਚੀਜ਼ ਬਣਾ ਲੈਨੀ ਲਈ ਵਧੀ ਆਉਂਦੀ ਖਰਚਾ ਦੇਵਣ ਕਣ ਸਾਰਿਆਂ ਨੂੰ ਹੁੰਦੀ ਹੈ ਇਤਨਾ ਖਰਚਾ ਆਉਂਦਾ ਪਿਆ ਇਤਨਾ ਖਰਚਾ ਆਉਂਦਾ ਪਿਆ ਇੱਥੇ ਤਾਂ ਖਾਵਣ ਹੀ ਗਿਣੀ ਦਾ ਅੱਲਾ ਮਾਫ ਕਰੇ ਕੀ ਖਾਧਾ ਤੇ ਕੀ ਨਹੀਂ ਖਾਧਾ ਇਹ ਤੌਕਾ ਹੀ ਕੋਈ ਨਹੀਂ ਕਿਸੇ ਖਾਤੇ ਦਾ ਹਰ ਵੇਲੇ ਰਨ ਮਰੀਦ ਬਣੇ ਹੋਏ ਆ ਰੜੀਆਂ ਕੱਢੀ ਬੈਠੀ ਜੋ ਜਾਣਦੀ ਜਿਹੜੀ ਸ਼ਾਇਦ ਵੇਦੀ ਉਹ ਸ਼ਾਇਦ ਮੇਰੇ ਪੇ ਕੇ ਹਾਲ ਬਣੇ ਮੇਰੇ ਪੇ ਕੇ ਹਾਲ ਬਣੇ ਅੰਮਾ ਕਿਉਂ ਕਾਵੜੀ ਬੈਠੀ ਹੋ ਕੀ ਹੋ ਗਈ ਕਾਵੜਾ ਨਹੀਂ ਤੇ ਕੀ ਕਰਾਂ ਹੱਥ ਪੱਲੇ ਸ਼ਾਇ ਆਂਦੀ ਕਾਈ ਨਹੀਂ ਹੈ ਅੱਛਾ ਬੋਲ ਕੀ ਹੋਇਆ ਕੀ ਏ ਨਹੀਂ ਡਰ ਰਹੀ ਨਹੀਂ ਆ ਤੇਰੀ ਵਜ੍ਹਾ ਤੋਂ ਮੈਂ ਕਰ ਰਹੀ ਨਹੀਂ ਆ ਚੁੱਪ ਆ ਵੇਖੇ ਨਾ ਜੋ ਜਾਂਦੇ ਆਈਡੀ ਚ ਕਮੈਂਟ ਭਰੀ ਤਾਂ ਗੋਲ ਤੂੰ ਪਕਾਈ ਬੈਠੀ ਅੰਮਾ ਪ੍ਰਾਣੇ ਜਬੂ ਤੇ ਮੈਂ ਬੰਦ ਕੋਈ ਨਾ ਸਪਕਾ ਆ ਪ੍ਰਾਣੇ ਨੇ ਚੜੇ ਹੋਏ ਹੁੰਦੇ ਨੇ ਚੜੇ ਹੋਏ ਇਹ ਹੱਥ ਮੈਨੂੰ ਹੱਥ ਜੋੜੇ ਕਰ ਉਹਨੂੰ ਕੁਝ ਨਾ ਮੈਂ ਤੂੰ ਇਹ ਦੱਸ ਬਈ ਐਡਾ ਔਖਾ ਤੂੰ ਕਮਾ ਕੇ ਲਾਇਆ ਨਾ ਉਹਨੂੰ ਸ਼ਰਮ ਤੇ ਯਾਰ ਨਹੀਂ ਆਂਦਾ ਬਈ ਜੇ ਚਾਰ ਵੇਲੇ ਹੱਥ ਰੀਏ ਦਾ ਠੁੱਕਾ ਬੈਠੋ ਨਾ ਤੇ ਹੁਣ ਉਸ ਟੱਬਰ ਨਾਲ ਨਾ ਕਰਨੀ ਮੋੜ ਹੁਣ ਛੁੱਟਾ ਬਾਰ ਤਾਂ ਆਵਣ ਹੁੰਦੋ ਤੀ ਨੂੰ ਮਿਲਣ ਕੋਈ ਨਹੀਂ ਹੁੰਦੋ ਆ ਤੋ ਗਈ ਉਹ ਹੁਣ ਸਕਾਰ ਲੈ ਤਮ ਸਾਰੇ ਨੂੰ ਸੀ ਹੁਣ ਠੇਕਾ ਚਾਈ ਬੈਠੇ ਸਾਰਿਆਂ ਦਾ ਅੰਮਾ ਮੱਠਾ ਬੋਲ ਤੇਰੀ ਆਵਾਜ਼ ਬਾਹਰ ਜਾਸੀ ਗਈ ਬਾਹਰ ਜਾਸੀ ਗਈ ਡਰ ਵੰਨੀ ਮੰਜੀ ਤਲੇ ਵਾੜ ਵੰਨੀ ਦਾਰਾਂ ਨੂੰ ਕੋਮ ਪਿਆਦਾ ਮੈਂ ਮਤੀ ਕਿ ਲੈ ਕੇ ਤੁਡਾ ਮੇਰਾ ਪੁੱਤ ਮੈਂ ਸਿਰਫ ਚੱਲੇ ਹੋਏ ਮੇਰੀ ਹੁਣ ਬਰਦਾਸ਼ਤ ਦੀ ਅਖੀਰ ਹੁੰਦੀ ਪਈ ਹੈ ਸਮਝ ਆ ਗਈ ਜਿਹੜੀ ਸ਼ਕਾਸ਼ਾ ਇਹ ਜਿਹੜੀ ਉਹ ਛੋੜੀ ਹੋਵੇ ਅੱਛਾ ਹੁਣ ਚੁਆਰ ਦੀ ਹੁਣ ਨਿੱਕਾ ਜਿਹਾ ਬਾਲ ਇੱਕ ਸਾਡੇ ਘਰ ਰੌਣਕ ਹੁਣ ਉਹਦਾ ਵੀ ਮਤਲਬ ਕਿ ਬਈ ਬਾਹਨ ਨੇ ਨਾ ਪੁੱਤਰ ਨੂੰ ਗਲੇ ਸਾਂ ਜਿਹੜੀ ਕਾਸ਼ਾ ਤੋੜਾ ਬਾਹਨ ਨੇ ਪੁੱਤਰ ਦੇ ਬਾਹਨ ਨੇ ਦਿੱਤੀ ਰੱਖਾਂ
ਚੋਖਾ ਦੇਂਦੀ ਰਹਿੰਦੀ ਸ਼ੋਦ ਕੀ ਦੇਂਦੀ ਚੰਗਾ ਮਣ ਹੁਣ ਤੂੰ ਮੇਰੇ ਤਾਈ ਮੇਰੀ ਗੱਲ ਤੇ ਇਤਬਾਰ ਨਹੀਂ ਨਾ ਹੁੰਦਾ ਪਿਆ ਤੂੰ ਆਪੇ ਆਖਸੇ ਤੈਨੂੰ ਪਤਾ ਲੱਗ ਸੀ ਜੇ ਲੜੀਆਂ ਨਹੀਂ ਕਹਿ ਤੇਰਾ ਇੱਕ ਮਰਨਾ ਹੈ ਮੈਂ ਤੇਰੇ ਸੇਨੇ ਕੇ ਗੱਲ ਬਹਿ ਜਾਵੇ ਨਾ ਉਹ ਬੈਠੀ ਰਹਿੰਦੀ ਮੋੜ ਪਾਵੇਂ ਕੋਚ ਹੋ ਜਾਵੇ ਮੈਂ ਮਾਂ ਆਖਰ ਮੇਰਾ ਦਾਂਤ ਸੜਦਾ ਹੀ ਹੈ ਵੇਖ ਵੇਖ ਕੇ ਇਹ ਜੀ ਕੋਈ ਹੁੰਦਾ ਪਈ ਲੋਟੀ ਗੱਤੀ ਹੋਈ ਤੇ ਮਾਣੋ ਮੇਰੀ ਸਵਾਣੀ ਨਾ ਨਾ ਚੁਣੈਂਦੀ ਹੈ ਨਾ ਕਾਛਾ ਨਾ ਜਿਹੜੀ ਛਾਇ ਲੱਦੀ ਹੈ ਨਾ ਉਸ ਅਬ ਆਇਲਾ ਚਾਚਾ ਆਇਲਾ ਭਜਾਈ ਆਇਲਾ ਕੋਈ ਗੱਲ ਨਾ ਕਰ ਕਦੀ ਅਸਾਂ ਵੀ ਨਾ ਦੇ ਬੂਹੇ ਤੇ ਨੇ ਤੁਮਾਈ ਠੁੱਕੇ ਆ ਤੇ ਅਸੀਂ ਅੰਮਾ ਸ ਕਿਉਂ ਜਾਣਾ ਸੀ ਆਪ ਕਮਾਈਂਦੇ ਤਾਂ ਆਪ ਖਾਂਦੇ ਨਹੀਂ ਆਪ ਕਮਾਈਂਦੇ ਤਾਂ ਆਪ ਖਾਂਦੇ ਮੇਰਾ ਪੁੱਤਰ ਜੀ ਮੈਂ ਤਾਂ ਲੱਖ ਹੋਵੇਂ ਮੇਰੀ ਗੱਲ ਸੁਣ ਮੈਨੂੰ ਇਹ ਬਹੁ ਪਿਆਰਾ ਸਮਝ ਆ ਗਈ ਤੇ ਮੈਨੂੰ ਤੇਰੀ ਕਮਾਈ ਦਾ ਇਤਨਾ ਇਹਸਾਸ ਹੈ ਨਾ ਮੈਂ ਆਨੀ ਆ ਮੇਰਾ ਪੁੱਤਰ ਐਡਾ ਔਖਾ ਕਮਾ ਕੇ ਲੈ ਅੰਮਾ ਅੱਜ ਤੇ ਜੋ ਮੈਂ ਪਨੀਵੇਂ ਆ ਇੱਕ ਗੱਲ ਦੱਸ ਮੇਰੀ ਜੋ ਸਵਾਣੀ ਉਹ ਹੁਣ ਆਪ ਖਾਵੇ ਪਿਛਲੇ ਨੂੰ ਖਵਾਵੇ ਵਾਧਾ ਕਰੇ ਘਾਟਾ ਕਰੇ ਸੱਚ ਐਡੀ ਪਰੇਸ਼ਾਨੀ ਦੀ ਗੱਲ ਹੁਣ ਉਸ ਜੋ ਟੱਬਾ ਨਾਲ ਸਾਡਾ ਮੱਥਾ ਲੱਗ ਗਿਆ ਤੇ ਉਹਨਾਂ ਨਾਲ ਨਿਭਾਵਣੀ ਇਹ ਕਾਇ ਨਿਭਾਵਣੀ ਸਾਨੂੰ ਨਾ ਮੈਂ ਘਬਰੀ ਜਾਂਦੀ ਹਾਂ ਤੇ ਟੈਨਸ਼ਨ ਲੈ ਲੈਂਦੀ ਹਾਂ ਇਹਨਾਂ ਦੇ ਜੋਗਾ ਮੈਂ ਹਾਂ ਇਤਨਾ ਕਿ ਮੈਂ ਕਮਾਵਣ ਵਾਲਾ ਹਾਂ ਹਾਂ ਇਹਨਾਂ ਦੇ ਤਾਂ ਬੰਦੇ ਬਾਹਰ ਰੱਖ ਸਿੰਗਾ ਦਿਖਾਉਂਦੇ ਨੇ ਤੇ ਰੋਟੀ ਗਿੰਦਣ ਇਹ ਨਾ ਬਾਹਰ ਗੱਲਾਂ ਕੀਤੀਆਂ ਕਰੀਓ ਜੀ ਚਲੋ ਹਿਸਾਬ ਤੋਂ ਸਾਰੇ ਰੱਖਿਓ ਨੇ ਤੂੰ ਬਾਵੇਂ ਕਿਸੇ ਗੱਲ ਤੇ ਸੱਚੀ ਨਹੀਂ ਹੈ ਨਾ ਪਰ ਇਹ ਕਰ ਦਨ ਕੀ ਹਟ ਗਈ ਕਰ ਕਿਸੇ ਗੱਲ ਤੇ ਜਾਵਣ ਵੀ ਦਿੱਤਾ ਕਰ ਹੁਣ ਉਹ ਘਰ ਦਾ ਮਾਹੌਲ ਨਹੀਂ ਰਿਹਾ ਮੇਰਾ ਪੁੱਤਰ 6-7 ਸਾਲ ਦਾ ਹੋ ਗਿਆ ਦੰਦ ਕੀੜੇ ਵਟੇਂਦੇ ਆ ਵਟੇਂਦੇ ਆ ਵਟੇਂਦੇ ਆ ਅਖੀਰ ਨੂੰ ਹੁਣ ਬੰਦਾ ਤੱਕ ਹੀ ਆ ਅੱਬੂ ਜੀ ਮੰਨੇ ਹੋ ਰਿਹਾ ਗਾ ਆ पुत्र लिंगार लाए जिवें लाई खलोती है हर वेले किसो बेसो हर वेले झुके खलोते ने शर्म ते या कोई नहीं हर वेले दिया दे पुत साडे ते वड के आ दे होंदे हन भाई दी ते करू साडा ते पानी पीवणा ही आराम एड बेहया ने हर वेले ठुके बैठ हर वेले तमणी दी तमणियां पईयां गुज दियां ते पक दियां पईयां ते खाज दियां पईयां बबू अब्बू जी खलो के बैठे ओ वालेकुम अस्सलाम दादाजी उतरिया खैर ठीक है हां बिल्कुल वालेकुम अस्सलाम ठीक हो अस्सलाम वालेकुम अस्सलाम क्या हाल है अस्सलाम वालेकुम ठीक अस्सलाम वालेकुम क्या हाल है जी ठीक हो मामा बबू की हाल है क्या हाल है शुक्र जी बेहतरीन नाश्ता जनाब दूसरा निके कराओ चार जने नाल लाए जाओ वाल शाल ही कटवाओ कोई इसकी सेटिंग शेटिंग कराओ और कोई इस ना सिखाओ भी हूं इथे आके नहीं ना, 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 ना,
मेरे को छोड़ो मेरा पुत्र नहीं एक ता पढ़ सी ਅਈਆ ਗੱਲ ਮੈਂ ਵੀ ਅੱਬੂ ਜੀ ਕਰਨਾ ਚਾਹੁੰਦੀ ਆ ਜਿਹੜੀ ਤੁਸੀਂ ਕਰ ਦਿੱਤੀ ਮੈਂ ਵੀ ਇਹੋ ਆਖਣਾ ਚਾਹੁੰਦੀ ਆ ਵੀ ਇਸ ਨੂੰ ਥਾਈ ਲੈ ਜਾਓ ਇਹਦਾ ਮਹੀਨੇ ਦਾ ਖਰਚਾ 40,000 50,000 ਰੁਪਏ ਲੱਖ ਰੁਪਈਆ ਵੀ ਤੁਸੀਂ ਆਪੇ ਦਿੱਤੀ ਰਕਸਾਂ ਨਹੀਂ ਤੁਸੀਂ ਕਿਉਂ ਦੇ ਆਪਣੀ ਧੀ ਬਹਿਣ ਦਾ ਪੁੱਤਰ ਤੁਸੀਂ ਖਰਚਾ ਕਿਉਂ ਦੇ ਇਹ ਤੋ ਸਭ ਬਰਾਇਆ ਬਣਾਇਆ ਹੈ ਖੈਰ ਆ ਠੀਕ ਹੈ ਅਲਹਮਦੁਲਿਲਾ ਖੈਰ ਹੋਰ ਭਈਆ ਐਂ ਤੋ ਸਦਿਆ ਮੈਂ ਸੱਦੇ ਆਈ ਮੈਂ ਤਾਂ ਪਰਾਣੇ ਨੂੰ ਕੋਈ ਆ ਕੇ ਕੰਮ ਕਰ ਜਾਵਣ ਤੈਨੂੰ ਪਤਾ ਤਾਂ ਹੋਇਆ ਇੱਥੇ ਤਾਂ ਬਪੀਓ ਚਾਰ ਲਓ ਤੁਸੀਂ ਹਾਂ ਨਹੀਂ ਤੱਤੀ ਤੱਤੀ ਪੀਤਾ ਗੱਲ ਮੰਨੀ ਐ ਕਰਮਾ ਲਈ ਵੇ ਲੈ ਲਓ ਹੋਰ ਨਾ ਸੱਲਾ ਕੱਪ ਕੋਈ ਹੋਰ ਨਾ ਸੱਲਾ ਅੱਪੂ ਹੋਰੀ ਪਿਆਲੇ ਪੀਂਦੇ ਆ ਤਾਂ ਪਿਆਲੇ ਮੇਰਾ ਪੁੱਤ ਪੀਂਦਾ ਨਾ ਕਿਉਂਕਿ ਇਹ ਸਾਡਾ ਦੇਸੀ ਹਿਸਾਬ ਕਿਤਾਬ ਆ ਗਿਆ ਜੀ ਆਲੇ ਜ਼ਿੰਦਗੀ ਤੁਹਾਡੇ ਸ਼ਹਿਰ ਡੱਡ ਗਈ ਤੇ ਹੋਰ ਦੇਸੀ ਦੇਸੀ ਜਿਹੜਾ ਨਹੀਂ ਨਹੀਂ ਮੋੜ ਬੰਦਾ ਹੈ ਤਾਂ ਨਹੀਂ ਆਪਣੀ ਰੁਟੀਨ ਤਾਂ ਨਹੀਂ ਵਜਾ ਛੜਿੰਦਾ ਮੇਰਾ ਪੁੱਤਰ ਤੇ ਉਹ ਅੱਬੂ ਗੱਲ ਕਰਦੀ ਪਈ ਆ ਬੇਸ ਤੋਂ ਫਾਈਨ ਦਾਖਲਾ ਵੀ ਲਓ ਹਾਂ ਤੇ ਮੈਨੂੰ ਪਤਾ ਹੈ ਤੁਸੀਂ ਦੇ ਸਾਰੇ ਨਮਾਜ਼ ਤੋਂ ਠੀਂਦੇ ਇਸ ਨਮਾਜ਼ ਇੱਥੇ ਉਹ ਗੱਲ ਕੋਈ ਨਹੀਂ ਹੈ ਕੋਈ ਨਹੀਂ ਸਾਡਾ ਨਮਾਜ਼ ਪੜੇ ਜਾਂ ਕੋਈ ਉਹ ਨਾਲ ਪੜਾਵੇ ਚਾਹੇ ਜਾਂ ਕੋਈ ਉਹ ਜੀ ਗੱਲ ਉਹ ਗੱਲ ਕਾਈ ਨਹੀਂ ਇੱਥੇ ਇੱਥੇ ਬਾਲਾਂ ਦਾ ਵਿਗੜ ਜਾਵਣਾ ਇਹ ਗੱਲ ਮੈਂ ਵੀ ਉੱਥੇ ਸਾਡੇ ਕੋ ਰਸੀ ਨਮਾਜ਼ ਸਾਡੇ ਮਸੀਤੇ ਵੀ ਛੋੜੇ ਉਸਾਂ ਹਟ ਕੇ ਮੈਂ ਸਕੂਲ ਵੀ ਲਾ ਜਾਸਾਂ ਔਰ ਭਾਈ ਜਨੇ ਤੁਹਾਡੀ ਜ਼ਿੰਮੇਵਾਰੀ ਹੈ ਉਹ ਨਹੀਂ ਵਿਗੜਦਾ ਅੱਗੇ ਜੀ ਥੇਪੇ ਵਾਲੇ ਤੁਸੀਂ ਆਪਣੇ ਬੱਚਿਓ ਨੂੰ ਵੇਖੋ ਨਾ ਇਤਨਾ ਸਫਰ ਕਰਕੇ ਮਿਲਣ ਆਇਆ ਲੇਕਿਨ ਬੱਚੇ ਨੇ ਲੈ ਕੇ ਇਹੋ ਚੀਜ਼ ਮੈਂ ਵੀ ਚਾਹਨੀ ਆ ਬੁਰੀ ਆਦਤ ਹੈ ਬੈਣੋ ਮਦਰਸਾ ਉਹਨਾਂ ਦਾ ਖਰਾਬ ਹੋ ਜਾਸੀ ਮੋਰ ਸਕੂਲ ਦੀ ਪੜਾਈ ਵੀ ਗਈ ਮਸਜਿਦ ਦੀ ਵੀ ਗਈ ਫਾਇਦਾ ਐਸੀ ਕਿਹੜਾ ਬਾਲ ਚੱਕ ਟੁਰੇ ਰਹਾ ਨਾ ਬਾਦਸ਼ਾਹ ਨਹੀਂ ਕਿ ਤੂੰ ਅਨੂਰਾਂ ਦੀ ਅਸਤ ਵੀ ਨਾ ਮੋਰ ਨਹੀਂ ਮੈਂ ਰਹਿ ਲਈ ਸਾਬੂ ਰਖੋ ਰਵੇ ਤੇ ਨਹੀਂ ਅੱਲੇ ਨਾ ਤੇ ਕੋਈ ਨਹੀਂ ਨਾ 8ਵੇਂ ਦੇ ਮੈਂ ਵੀ ਚਲੀ ਗਈ ਦੱਸਾਂ ਯੋ ਉਸ ਕਿਹੜਾ ਪਰਾ ਘਰ ਜਾਣਾ ਆਪਣੇ ਘਰ ਜਾਣਾ ਕੋਈ ਨਹੀਂ ਆਪਣੇ ਘਰ ਹੋਣੇ ਚਾਚੂ ਤੁਸੀਂ ਸੁਣਾ ਤੁਹਾਡੇ ਘਰ ਬਾਰ ਸਭ ਠੀਕ ਆ ਠੀਕ ਠਾਕ ਬਿਲਕੁਲ ਅੱਲਾ ਪਾਕ ਦਾ ਕਰ ਪਹਿਲਾ ਸ਼ੌਕ ਹੀ ਵਾਲਾ ਸੀ ਮੁੰਡਾ ਉਹ ਛੋਟੇ ਕਰਸਾ ਜੀ ਜਾਂਦੇ ਚਲੋ ਬਾਬਾ ਹੁਣ ਜੇ ਲੈ ਕੇ ਮੇਰਾ ਪੁੱਤ ਜਾ ਉਹ ਨਾ ਬਾਲ ਹੀ ਕਟਵਾਉਣੇ ਨਹੀਂ ਤਿਆਰ ਹੋ ਹਾਂ ਸਹੀ ਹੈ ਨਾ ਬਾਲ ਕਟਵਾ ਲੈ ਜਨਾਨੀ ਉਹਦੇ ਕੋਲ ਅਬ ਨਹੀਂ ਨਹੀਂ ਠੀਕ ਹੈ ਪਤਾ ਕੀ ਹਾਂ ਇਹਦਾ ਜੀ ਦਾਖਲਾ ਹੋ ਗਿਆ ਹੈ ਇਹ ਹੁਣ ਚੋਣ ਪੜਦਾ ਪਿਆ ਹੈ ਇਹ ਨੇ ਤਿੰਨਾਂ ਦੇ ਸਕੂਲ ਹੀ ਉਠਵਾਈ ਰੱਖੇ ਨਾ ਤੋ ਵੀ ਕੋਈ ਨਹੀਂ ਜੱਟਾਂ ਦਾ ਬਾਲ ਹੈ ਆਜ ਸਾਡੇ ਵਿੱਚ ਰਾਸੀ ਤੇ ਸ਼ਰੀਕ ਦਾ ਹੀ ਪਤਾ ਸੁਸ ਗਿਆ ਫਲਾਣੇ ਦਾ ਹੀ ਪਤਾ ਸੁਸ ਗਿਆ ਪਿਆ ਸਾਡੇ ਗਣ ਕੀ ਹੈ ਇਸ ਦੀ ਸਾਰੀ ਜ਼ਿੰਦਗੀ ਸ਼ਹਿਰ ਹੀ ਗੁਜ਼ਰ ਗਈ ਇਸ ਤੋਂ ਬਣਨਾ ਮੰਮੀ ਡੈਡੀ ਜਿਵੇਂ ਤੁਹਾਡਾ ਵਿਰਾ ਇੱਥੇ ਸਾਰਾ ਦਿਨ ਕਦੀ ਲੱਦਾ ਕਦੀ ਲੱਦਾ ਮਾਨ ਗਿਆ ਬਦਾ ਤਾਂ ਹੁੰਦਾ ਹੀ ਇਹ ਛੜੇ ਨੇ ਛੁਆਰ ਤੇ ਤੂੰ ਸਾਰੇ ਨਾਲ ਸਾਈਕਲ ਲੈ ਦੀ ਸਾਂ ਮੈਂ ਉਹਨੇ ਨਹੀਂ ਨਹੀਂ ਇੱਥੇ ਦਿਆ ਤੇ ਕੋਈ ਨੂੰ ਪੜਾਈ ਛੜਾਈ ਆਉਂਦੀ ਕਦੀ ਉਸਤਾਦ ਕਦੀ ਕਿ ਕੋਣ ਆ ਦਰ ਆਏ ਨਹੀਂ ਪੜਿਆ ਕੋਣ ਨਹੀਂ ਪੜਿਆ ਠੀਕ ਲਈ ਕੀ ਬਣੇ ਲਈ ਕੀ ਪੜਿਆ ਤੇ ਹਸਨ ਕੀ ਕਰੇ ਹਸਨ ਪੜਦਾ ਹੀ ਵਦਾ ਜਾਂਦਾ ਤਾਂ ਪਤਾ ਮੈਂ ਜਿਹੜਾ ਕੋਖਾ ਬਣਾਇਆ ਪਤਾ ਸਨ ਬੱਟੇ ਦੇ ਨਾਲ ਕੋਖਾ ਬਣਾਇਆ ਸਾਰੇ ਦੁਕਾਨਾਂ ਬਣਾਈਆਂ ਸਾਰਾ ਦੇ ਦੋਸਤ ਹੁੰਦੇ ਤੇ ਉਹ ਹੁੰਦਾ ਤੇ ਗਲੀਆਂ ਹੁੰਦੀਆਂ ਆਏ ਇੱਥੇ ਬਾਰਾਂ ਛੁਆਂ ਦੀ ਜ਼ਿੰਦਗੀ ਨਾ ਬੰਜਾ ਆਇਓ ਇਹ ਲੈ ਜਾਂਦਾ ਮੈਂ ਮੇਰਾ ਪੁੱਤ ਹਾਂ ਜੀ ਆ ਤੁਸੀਂ ਆਪ ਜੀ ਲੈ ਜਾਓ ਬਸ ਤੇ ਦਾ ਖਿਆਲ ਸ਼ਿਆਰ ਸਾਰਾ ਮੇਰਾ ਪੁੱਤ ਬੈਸ ਪਿਆਰ ਮੇਰਾ ਦੋਤਰਾ ਨੇ ਚੰਗੀ ਚੰਗੀ ਹੈ ਪਿਆਰ ਉਹ ਕੱਪੜੇ ਜਾਣ ਤੇ ਬਸ ਅਬ ਠੀਕ ਹੈ ਹੁਣ ਬਸ ਐਵੇਂ ਨਾਲ ਤੂੰ ਤੇ ਮਰਾਲ ਕੇ ਸੁਭਾ ਬੰਜਣ ਗਿਆ ਨਮਾਜ਼ ਤੋਂ ਬਾਅਦ ਮੇਰੀ ਗੱਲ ਤਾਂ ਸੁਣੋ ਮੈਂ ਜਿਹੜੀ ਗੱਲ ਕਰ ਰਿਹਾ ਸਕੂਲ ਅੱਬੂ ਨੇ ਜਿਹੜਾ ਫੈਸਲਾ ਕਰਿੰਦੇ ਪੈਣ ਨਾ ਉਹ ਸਹੀ ਕਰਿੰਦੇ ਪੈਣ ਉਹ ਵੱਡੇ ਨੂੰ ਨਾਂਦੀ ਅੱਗੋਂ ਬੋਲਣ ਦੀ ਯਾਰ ਤੁਸੀਂ ਰੋਲਾ ਕੱਢੋ ਨਾ ਇਹ ਜੀ ਮੈਂ ਜੀ ਸੋਚ ਲੈਂ ਨਾਲੇ ਇਹਨੂੰ ਸਰਟੀਫਿਕੇਟ ਵੀ ਸਕੂਲ ਲੈਣ ਹੁੰਦਾ ਉਸ ਤੇ ਵੀ ਢੇਲ ਲੱਗਦੀ ਮੈਂ ਕੋਈ ਨਹੀਂ ਲੱਗਦੀ ਅੱਬੂ ਰੱਖ ਜੀ ਤੂੰ ਹਰ ਗੱਲ ਤੇ ਕੋ ਮੇਰੀ ਵੀ ਮਨਾਵਣ ਦਿੱਤੀ ਸਰਟੀਫਿਕੇਟ ਵੀ ਕਰਨ ਦਿੱਤੀ ਕਰ ਸਰਟੀਫਿਕੇਟ ਬਾਅਦ ਹੀ ਲੈ ਲਈ ਸਨ ਵੈਸੇ ਮਹੀਨਾ ਇੱਕ ਸਕੂਲ ਜਾਵਣ ਦੇ ਰੂਟੀਨ ਦਾ ਪਤਾ ਲੱਗ ਸੀ ਨਹੀਂ ਪਤਾ ਲੱਗੇ ਕਲਾਸ ਵਿੱਚ ਗੋਲ ਮਿਲ ਜਾ ਮੈਂ ਆਪੇ ਤੁਹਾਡੇ ਕੋਲ ਛੱਡ ਦਿੰਦਾ ਮੇਰਾ ਪੁੱਤਰ ਤੁਸਾਂ ਨਾਲ ਪਿਆਰ ਦੇ ਵਿੱਚ ਇਹਨ ਵਿਗਾੜ ਬਣ ਉੱਥੇ ਵਗ ਗਿਆ ਨਾਨਕਾ ਓਏ ਨਾਨਕਿਆ ਲੱਗਿਆ ਉਸ ਤੋਂ ਪਿੱਛੇ ਮੇਰਾ ਤਾਂ ਜਾਣੋ ਹੀ ਨਹੀਂ ਪੇ ਬਣਦਾ ਸੁਣ ਲਓ ਉਹ ਜਿਉਂ ਨਹੀਂ ਨਾਂ ਦੇ ਆਖਣ ਦਾ ਮਤਲਬ ਹੈ ਕਿ ਤੁਸੀਂ ਮੈਂ ਲੁੱਥਾ ਤੇ ਮਾਰਿਆ ਲੁੱਥਾ ਜਿਹੜੇ ਵਾਹ ਉੱਥੇ ਦੇ ਰਿਵਾਜ ਹੀ ਕੋਈ ਨਹੀਂ ਸ਼ਹਿਰ ਚ ਤੁਸੀਂ ਸਿਸਟਮ ਕੱਟਿਆ ਚੱਟਾ ਲਾ ਅਸਾਂ ਕਦੀ ਤੇ ਨਾਲਾ ਤੁਸੀਂ ਤੇ ਬਾਲਨ ਵਜਾਈਂਦੇ ਹੋ ਕੁੱਟ ਕੇ ਇਹ ਮੇਰੇ ਗੁਮੱਤੀ ਪੇ ਦੇਵੇ ਅੱਛਾ ਆਪੂ ਜੀ ਤੁਸੀਂ ਦੱਸੋ ਕਦੀ ਅੱਜ ਤੱਕ ਤੁਸੀਂ ਸਾਨੂੰ ਮਾਰਿਆ ਨਾ ਕਦੀ ਵੀ ਨਹੀਂ ਪੁੱਤ ਕਦੀ ਅੱਜ ਤੱਕ ਨੋਕੀ ਨੇ ਮਾਰਿਆ ਨਹੀਂ ਨਾ ਨਾ ਪਰ ਇਹਨਾਂ ਦੇ ਆਖਣ ਦਾ ਮਤਲਬ ਇਹ ਹੈ ਕਿ ਕੀ ਹੈ ਜੀ ਕਿ ਪਿਓ ਤੇ ਨਾਨਾ ਤੇ ਜਿਹੜਾ ਮਾਮਾ ਤੇ ਚਾਚਾ ਤੇ ਰੱਖੇ ਉਹ ਵਜਾਈਂਦੇ ਪਏ ਤੁਹਾਡੀ ਗੱਲ ਕਰਦੇ ਹੀ ਮਤਲਬ ਨਹੀਂ ਵਜਾਵਣਾ ਅੱਲਾ ਮਾਫੀ ਦੇ ਜੇ ਮੇਰਾ ਪੁੱਤਰ ਉਹ ਵਜਾਈਂਦਾ ਦਾ ਪੁੱਤਰ ਵਜਾਵਣਾ ਕਿਉਂ ਇੰਨੇ ਤੇ ਬਸ ਠੀਕ ਹੈ ਮੋੜ ਬਸ ਹੋ ਗਿਆ ਅਗਰ ਇਸ ਪੂਰਾ ਲੈ ਜਾਵਣਾ ਤੇ ਲੈ ਜਾਵਾਂ ਠੀਕ ਹੋ ਜਾਸੀ ਜੀ ਉੱਤੇ ਵਗ ਗਿਆ ਨਾ ਮੈਂ ਜੀ ਸੋਚ ਲਈ ਮੋੜ ਇਹਦੇ ਵੀ ਇੱਕ ਓਏ ਚਾਚਾ ਵੀ ਨਾਮਣ ਵਾਲਾ ਉਸ ਨਾਲ ਵੀ ਗੱਲ ਕਰ ਲਈ ਮੋੜ ਕਰ ਲੈਨੇ ਆ ਓਏ ਅੰਦੇ ਸੋਚਣ ਵਾਲੀ ਕਿਹੜੀ ਗੱਲ ਮੇਰਾ ਪੁੱਤ ਯਾਰ ਹੋਏ ਨਾ ਜਿਹੜਾ ਲਾਵੇ ਗੱਲੀ ਮੈਂ ਉਸ ਨਾਲ ਚੱਲਦੀ ਉਹਨਾਂ ਘਰ ਦੇ ਵਿੱਚ ਕਿਹੜਾ ਮੁਸ਼ਕਲ तेन खुशखबरी भी देनी है हमेशा हमेशा भाई है की नोकिया नाल गलू
रोटियां पक्कियां पियां थोड़ियां निकल जाती है कनक नु पानी इदू चुप कर हर बंदा मजदूरी करता है कर लेना सबर कर लो ते मरा हूं कोई लड़ाई होई होई है मान भाई आपस में चुगोले साडा जी ढेर सारा मामा बने मैं को लड़ाई होई होई ने कोई जाके खाना को पानी चलवाया के थान चोरी गुल्ले आंदे कोई भी नहीं गुल्ले जी पराने आया ना उस रुकया जांदा पियागा पराने पराने तो ये तो रोज आंदे ते मेहमान है ना मेहमान ए साडी धी ए ते ब्याह बहन ब्याह होई है सौ ते बुए ते आना और के दे ते आना ओ मामा मैं करवा लेना मां दे सामने ब्याह आंदा तो तन ब्याह होया खाना लाई बैठी होनी है दसो भाई आटे का मन पा मुकदा है अठ वे इसे पलटून की गल करे वाग है ना कट मामा तेनू भी देसा मामा तेनू भी देसा खप लाइए कर चुप कर जाए मेरी गल सुन ला मैं छू और कोई नहीं बोलना सीधी गल नहीं गलेंदे मैं मेरा भी जट नहीं पंदा उस तो
ਅੱਛਾ ਹੋਈ ਨਾਨਕੇ ਵਾਲਾ ਚਮਚੋਇਆ ਖਾ ਲਾ ਹੁਣ ਬਾਈ ਆਦਾ ਜਪੇ ਘਰ ਪਰਾਣੇ ਆਇਆ ਤੇ ਹੁਣੇ ਕੋਈ ਜ਼ਿੱਦ ਕਰਨ ਦਾ ਮੌਕਾ ਆ ਪਰਾਣੇ ਨੂੰ ਖਾ ਮਾਮਾ ਜੀ ਤੇ ਤਵੇ ਕੜਦੇ ਹੋ ਬਾਲ ਅਲਾ ਝਟ ਜਾ ਜਾ ਝਟ ਜਾ ਜਾ ਆਰੇ ਮੈਂ ਤੋ ਗਾਉਂ ਨਾ ਰੋਟੀ ਮੈਂ ਪਿਆ ਨਹੀਂ ਐ ਇਹ ਮੇਰਾ ਆਖਰੀ ਫੈਸਲਾ ਹੀ ਮੈਂ ਦਸੇਂਦੀ ਪਈ ਹਾਂ ਇਹਨਾਂ ਨੂੰ ਆਪਣੇ 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 ਘਰ ਤੇ ਕੰਟਰੋਲ ਕਰ ਤੇਰੀ ਸਮਾਣੀ ਉਹ ਬੱਗੀ ਬਿੱਲੀ ਬਾਹਰ ਅਸੀਂ ਲਾਇ ਤਾਂ ਬੈਠਾ ਪਰ ਅਸੀਂ ਚਾੜਾ ਸਾਹਿਬ ਨੂੰ ਗਏ मेरा भी घर कदी माए आख्या है तेन आए मेरा बेरा आए चाचाई बन मेरा पोत्र बहुत कमाई मेनू ऐसी कमाई माया नहीं है मेरे ताई अखी बेकार हो ही के ना हो अम्मा तेरा जज्बा सच्चा है आए मेरे हाथ जुड़े हुए मेरी इज्जत रख ला रोमना तो मैं इना पी गल करी उसे मेपड़ी बन जानी कल कर ला ए हर शा उजड़ी पई है हर शा लुटी पई ओ मेरा बिरा मैं के कर मैं तो खप खप के थकी पई आ सुनदा नु पे हुन मोबा है गया हाथ जोड़ के ओ मैं तेरे को 2 लाख रुपया बंगिया ही मैं ना छू दीता उड़े दे ले आसु मैं ना नहीं दीता ए तेरे तेरे पोत्र मामन मामन ना मेरा बिराज तो परनाया है ना मैं मैं तू सही है क्या भाई आ मेरी बहन ओ घर तो समझना आयो घर है तेरा तो मुड़ मैं तो सारी जिंदगी उस लाजा लुवे दिया आई हूं मेरे घर दा मेरा साई औखा कमाईंदा ते मैं इस नु फजूल ना लावा नाले साडे ते रिवाज ही नहीं तो जिंदगी जे एक बारी पहली बारी मंगया चलो मेरे हालात को जान भाई मैं उस ले कणक छड़क दीती चवींदियां रांदियां तो उसले कोई ना मतलब है चलो ओ तो गल ठीक है लेकिन ए वेके तो हर वेले ठुके खलोते एक दीवार होंदा भाई हर वेले कदी काश हुण आए वेख लमी आ जेसले भाई सेना चूहर आला भी बहाना बन गया इन्हें जिसले भाई से नौलू जी आकाशा नकाशा थैले च कत्त देसी अइले लै वनी लै तो टेंदे पए ना अगले लोट 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 के खा के मोर भाग जा मोर मेरे को ला जा अन्नी भाई पी नी कुत्ता पे आ ची तद ले चा पाओ भाऊ मेरे का शानो दे मेरा पोतर कमला जी आए मैं नु के आ ए ओ शिकार तू असले च भेड़ा पंदा ओ आदा मंदे दी गल पुणी वइंदी है भाई चलो ओ इस गल तू सबर कर वइंदा तू सोने रुपए दा ख्याल रख्या कर बाबा तेरी गल समझा मैं सोने रुपए का ख्याल है जी हाल अतरा ही थार शक वैसी है गां जेड़े हालात जेड़े हाथे रखी खलोती है ये तो हालात हाल ही कोई नहीं है इस तो भाई चंगा सान परने पर चंगा सा परना है सान तो परनी मन उल्टा सूली तो चाड़ी खलोता अबू जी तुसी इंज करो ना गल सुनो ना उदी दादी दा देले लाए के वंजन कान ते ना ही उदे अबू दा ਤੁਸੀਂ ਨੋਕੇ ਲਈ ਜਾਓ ਮੈਨੂੰ ਪਤਾ ਹੈ ਦਾ ਇੱਥੇ ਜਿਹੜਾ ਨਾ ਮਾਹੌਲ ਖਰਾਬ ਹੁੰਦਾ ਪਿਆ ਹੁਣ ਇੱਕ ਵਾਰ ਜਿਹੜਾ ਮਾਨ ਪੋਤਰੇ ਨਾ ਉਹ ਕਹਿੰਦਾ ਮੈਂ ਸਲਾਹ ਕਰ ਲਵਾਂ ਤੇ ਤਾਂ ਮੈਂ ਗਲੇ ਸਾਂ ਅੱਬੂ ਜੀ ਤੁਹਾਨੂੰ ਨਹੀਂ ਨਾ ਪਤਾ ਇਹਨਾਂ ਕੋਈ ਨਹੀਂ ਵੰਜਣ ਦੇਣਾ ਅੱਛਾ ਅੱਬੂ ਹੋਰ ਮੁੜਾਣਾ ਆਲੀਆ ਪਰਸੋਂ ਤੇ ਮੁੜ ਲੈ ਜਾ ਸਕਦੇ ਤੇ ਉਹਨਾਂ ਨਾਲ ਨਾਲ ਹੈ ਮੇਰਾ ਪੁੱਤ ਤੇ ਮੈਂ ਲਾਇਕ ਨਾ ਜਾ ਸੰਗੇ ਅੱਛਾ ਤੇ ਉਹ ਮੇਰੀ ਗੱਲ ਸੁਣੋ ਮੇਰੀ ਮੱਝੀ ਦਾ ਕੀ ਕੀਤਾ ਨੇ
ਮਸਜਿਦ ਆ ਮੇਰਾ ਪੁੱਤ ਜੀ ਮੈਂ ਤੋਂ ਆਖਿਆ ਇੱਕ ਸਾਂ पैसे पोतरा लोड छोड़ पा जाती है मेरे दोतरे वास्ते काशा लेनी करनी हो साल गिरा ते नाने और आया कोई ना चले चले ठीक है बहुत शुक्रिया ला गया नीवी गड्डिया कितने वारी बीमार हुई दवाई लैन गई तबीयत खराब है ਕਿਹੜੇ ਛੁਆ ਨੂੰ ਚਲਿੱਤੇ ਨਹੀਂ ਇਹੋ ਘਰ ਨਹੀਂ ਆਪਣੇ ਛੁਆ ਜਿਹੜਾ ਕੰਮ ਕਰਿੰਦਾ ਤਾਂ ਸਵਾਰ ਹੈ ਤੇ ਉਹਦੇ ਕੋਲ ਮੰਗ ਮੈਂ ਅੱਜ ਉਸ ਕੋਲ ਪੁੱਛ ਨਹੀਂ ਕੱਲ ਹੀ ਤੁਹਾਨੂੰ ਦਿੱਤੇ ਨੇ ਉਸ ਨੂੰ ਇਹ ਕੀ ਆਖਸੀ ਅੱਲਾ ਮੈਂ ਪੁੱਛ ਨਹੀਂ ਸਕਦਾ ਉਸ ਨੂੰ ਮੈਂ ਗੱਲ ਨਾ ਕਰਾਂ ਤਾਂ ਸੁਣੋ ਆਖਸੀ ਬੀਵੀ ਦਿੱਤੇ ਨੇ ਤੇ ਮਰਦ ਪੁੱਛਾ ਕਿ ਮੈਂ ਇੱਥੇ ਬੇਤਬਾਰੀ ਨਹੀਂ ਉਹ ਬੇਤਬਾਰੀ ਕਹਿਣੀ ਉਹ ਗੱਲਾਂ ਚ ਗੱਲ ਨਹੀਂ ਹੁੰਦੀ ਨਾ ਮੈਂ ਤਰੀਕੇ ਨਾਲ ਉਸ ਕੋਲ ਪੁੱਛਦੇ ਸੀ ਮੈਂ ਲਾਇਕ ਦੇ ਸਾ ਪਰ ਤੂੰ ਉਸ ਨਾਲ ਗੱਲ ਨਹੀਂ ਕਰਨੀ ਗੱਲ ਨੂੰ ਸਮਝਿਆ ਕਰੋ ਤੁਸੀਂ ਵੀ ਅਜਿਹੇ ਗੱਲ ਲੈ ਮੈਂ ਤਾਂ ਕੰਜੋ ਰਹਿਵੇਂ ਆ ਨਾ ਘਰੇ ਡੋਰੂ कपड़े शपड़े बोरी दे साल गिरा कान चीजा शीजा उस बचते दे छोड़े सर अच्छा ना हूं छोड़िया करो तुम भी रोस पसंद खुश हो गया दादी दस्त बिना जाट भी लगता याद रखे मेरा लगता है तेन उतू आयो है ना मेरा चन ठीक है तू बेशक जो मर्जी करी मैं ओदे कोई ना गल ना मैं उत्तू आयो उत्तू जे एडा सारा बवाल ते हुन ला अपने आप तो दूर च करिए ओ ठीक है गल अम्मी दे सामने करेंदे ताई ओ भी मेरी इज्जत नहीं करेंदे की ये गल मैं करेनी है ना के तुसी हर गल दते हुन मेनू तुसी अम्मी किस तरह तिन खोजा ती नंदी मैं सुनदी भई हम जिस लंदर तुसी लगे हो यार सारा अम्मी कुछ भी नहीं आदी हुंदी ओ तो हुन अम्मी तिन पता मुड़ थोड़ा जमुड़ उमर दा वेत काज होया जा इस उमर जेड़े बुजुर्ग हुंदे ना उनां दा बच्चा ला खोल हो जांदा लख हो गया हो सकता पजार और दिखने रख लो लख रुपया साल गिरा तो देखना खीर नहीं करके अमन जाकर दसना पता तो लग सो गया चार रोटियां खवा ली सो तो बड़ी बनी बैठी है साढ़ा तो बहुत खर्च होगा तो जो घर आए लख दे पता ही कौन आज मामे मैं भी दस सौ जाके आ मेरी बहन देख ला आ मैं मूलियां कड़ियां नी चोन सोनिया आ मरचा लख दे चार रोटियां तेरी पारी होंगी ना सुन
ਨੋਕੀ ਨੂੰ ਦੇਖ ਕੇ ਸਾਲਗਿਰਾ ਤੇ ਦਾਦਕਾ ਕੀ ਦਿੱਤਾ ਇਹਨੇ ਸਾਰਾ ਵੇਖਣਾ ਪੰਦਾ ਸਾਰਾ ਵੇਖਣਾ ਪੰਦਾ ਸਾਰਾ ਵੇਖਣਾ ਪੰਦਾ ਇਹਦੀ ਗੱਲ ਸੁਣ ਲੈ ਬਈ ਹੁਣ ਲਾਂਦਾ ਜਾ ਇਹ ਮੈਂ ਦੱਸੋ ਇਹ ਜਿਹੜੀ ਦੱਥੀਆਂ ਦੀ ਦੱਥੀਆਂ ਜਿਹੜੀਆਂ ਲਿਆ ਕੇ ਤੇ ਉਹਦੀ ਤੱਲੀ ਤੂੰ ਤਾਂ ਦਰੇਨਾ ਹੈ ਕਦੀ ਮਾਂ ਨੂੰ ਮੈਂ ਤਾਂ ਕਦੀ ਨਹੀਂ ਤੇਰੇ ਕੋਲ ਕਿਉਂਕਿ ਮੈਨੂੰ ਤਾਂ ਐਡੀ ਜ਼ਰੂਰਤ ਹੀ ਨਹੀਂ ਆਉਂਦੀ ਹੈ ਇਹ ਮੈਂ ਦੱਸ ਬਈ ਉਹ ਤੈਨੂੰ ਪੱਕੀ ਤਸੱਲੀ ਹੈ ਬਈ ਉਹ ਦੇ ਕੇ ਗਏ ਹੁਣ ਉਹਦੇ ਕੋਲ ਲਈ ਵਧੀ ਹਾਥ ਐਦੋ ਉਹ ਗਏ ਤੋਸ ਤੇ ਮੈਨੂੰ ਖੈਲੀ ਪਿਆ ਮੇਰਾ ਪੋਤਰ ਵੇ ਤੂੰ ਤਾਂ ਕਿੱਡਾ ਕਮਲਾ ਹੈ ਵੇ ਤੂੰ ਤਾਂ ਬਹੁ ਕਮਲਾ ਤੇ ਜੱਲਾ ਹੈ ਓਏ ਉਹ ਪੈਸੇ ਤਾਂ ਨੇ ਨੋ ਤਾਂ ਦੀ ਬੇੜੀ ਬੋੜੀ ਖਲੋਤੀ ਕਿਉਂ ਨੂੰ ਮੇਰੀ ਗੱਲ ਸੁਣਦਾ ਮੇਰੇ ਕਿਵੇਂ ਹੋ ਸਦਨ ਮੈਂ ਉਹਨੂੰ ਦਿੱਤਾ ਹਾਂ ਜੀ 75,000 ਰੁਪਇਆ ਅੱਜ ਤੁਹਾਡੇ ਕੋ ਖੋਲ ਲਾਂਗਾ ਅੱਛਾ गरीब जी बंदा है हजार भी लाई वो तो आदा भाई शुक्र है मेरे को हजार रुपया तू प्या दो भाई तेने दिते नफरत होंगी हूं अंदर गल तो बाहर रखनी दुख लगता है किसी ना कम आले दा दुख लगता मेरा पोत्र मेरी गल सुन साडी ओ इज्जत है मेरी ओ नो दी है मेनू ओदे नाल और दुश्मनी का ही नहीं मेनू का दुख इस गल दा लगदा है भाई मेरा पोत्र दे राती कमांदा है कमा कमा के लैंदा ते सारे ओ लिया के इतबार ते देंदा ते इतबार मेरा पोत्र भरोसा बड़ी है की होया समय में तेरी मेरी गल सुन ना एक काम करदा है मेरी मन से अगे मैं पता तू मन तो मेरी कान में खप खप के थक गई मेरे सारे चिट्टे हो गए मेरे तो मेरी नहीं मननी हुण एक काम कर जिसले उन्हें पैसे देवे ना पैसे ते ला निशानी समझ आ गई उस निशानी या तो नंबर लिख लेनी या बात कोई निशानी ला मेरे जहन च आ गई जिसल पैसे देवे लगा आखिरी मामा कहिंदा मानदा मामा लख रुपया ਉਹਨਾਂ ਕਿਹੜਾ ਮੁੜ ਕੱਲਿਆਂ ਦੇਣਾ ਉਹਨਾਂ ਤਾਂ ਸਾਰੇ ਜਾਨ ਚ ਗੱਲ ਕਰਨੀ ਹੱਥ ਵੀ ਖਾ ਪਾਣੀ ਨਹੀਂ ਖਾਇਆ ਹਾਂ ਮਾਂ ਸਦਕੇ ਜਾਵੇ ਕਾਈ ਤਾਂ ਸੇਨੇ ਚ ਆਈਏ ਇਹਦਾ ਹੁਣ ਤਾਂ ਸਮਝ ਆਈਏ ਬਈ ਮੇਰੀ ਮਾਂ ਐਡੀ ਕੂੜੀ ਕੋਈ ਨਹੀਂ ਕੂੜ ਤਾਂ ਨਹੀਂ ਮਰੈਂਦੀ ਕੋਈ ਤਾਂ ਸੱਚਾ ਖੱਪਦੀ ਏ ਹਾਂ ਹੁਣ ਸਮਝ ਆ ਚਾਹੀ ਪਈ ਮੈਂ ਦਿੱਤਾ ਵੀ ਉਹਨੇ ਗੱਲ ਮੋੜ ਉਹ ਗੱਲ ਗੱਲ ਛਾ ਤੋ ਜਿਹੜਾ ਪੈਸਾ ਦਿੱਤਾ ਨਾ ਉਹ ਤੂੰ ਪੁੱਛ ਕੀ ਦੇ ਮੋੜ ਮੈਂ ਤਾਂ ਦੱਸੇ ਓਏ ਉਹ ਦੱਸੇ ਨਾ ਦੁਏ ਕੋ ਲੈਣ ਉਹ ਸਾਕੇ ਉਹਨਾਂ ਗੱਲ ਨਾ ਪੇ ਕਰੀ ਉਹ ਦਾ ਲੱਗ ਹੁਣ ਵੇਖ ਚੋਰ ਨੂੰ ਆਖ ਲੋਕ ਸਾਧ ਨੂੰ ਆਖ ਲੋਕ ਗਏ ਆਏ ਗੱਲ ਹੁੰਦੀ ਗਈ ਉਹ ਕਿਸੇ ਨਾ ਕੰਮ ਆਉਂਦੀ ਗਈ चुप करके इस गल पिछे लग जा ਜਿਹੜਾ ਪੈਸਾ 20 ਦਿੱਤੇ 50 ਦਿੱਤਾ 10 ਦਿੱਤੇ ਜਿਹੜੇ ਦਿੱਤੇ ਵੀਡੀਓ ਬਣਾ ਕੇ ਜੇ ਜ਼ਿਆਦਾ ਦੇਖਨੇ ਲੱਖਾਂ ਲੱਖਾਂ ਨੂੰ ਉਸੇ ਦੇ ਨਾਲ ਮਾਂ ਨੂੰ ਤਾਂ ਕਦੇ ਨੂੰ ਵੀਡੀਓ 'ਚ ਕੀਤੀ ਉਹਦੇ 'ਚ ਦਿੱਤੀ ਜੇ ਨਾ ਉਹ ਇਹ ਗੱਲ ਹੋਵੇ ਤਾਂ ਮੋੜ ਆਖੀ ਮਲੰਗੀ ਆਨੇ ਤਾਂ ਨਹੀਂ ਹੁਣ ਤੈਨੂੰ ਮੈਂ ਦੱਸਾਂ ਬਈ ਅਗਲੇ ਦਿਨ ਮੋੜ ਤੋਂ ਆਕੜਾ ਮੇਰੀ ਮਾਂ ਮੋੜ ਸ਼ਿਕਾਇਤਾਂ ਵਿੱਚ ਮੈਂ ਸ਼ਿਕਾਇਤ ਨਹੀਂ ਲੈਣੀ ਹੁਣ ਜਿਹੜਾ ਤੋਂ ਅਗਲੇ ਦੇ ਆਲੀਆ ਕਣ ਦਾ 1000 ਦਾ ਸੂਟ ਆਂਦਾ ਆਈ ਹੈ ਹੁਣ ਕੇ ਪਈ ਆਖੇ ਆਪਣੇ ਆਪ ਮੈਂ ਬਾਹਰ ਸੋਣਾ ਬਈ लेकिन मैं गल नहीं की थी, मैं कहा मेरा पोत्र मैं ओ मेरी गल जानदा पे मेरी मां बे जान के लड़ावण बस कर ओ 10,000 दा सूट ओ सेडा शौक दा फैसला बादू आंदा ते पिया दी जने ना ਇਹ ਤਾਂ ਜਣਾ ਕਦੀ ਮੈਂ ਫਰਜ਼ਾਨਾ ਫਰਜ਼ਾਈ ਨਾ ਦੇਵਾਂ ਨਾ ਤਾਂ ਕਿਹੜੀ ਗੱਲ ਹੁਣ ਮੈਂ ਆਖਿਆ ਮੈਂ ਸ਼ਿਕਾਰ ਤੂੰ ਪੰਨੀ ਮਲੰਗੀ ਬਿਰਾ ਬੈੜੀ ਤੇ ਮੈਂ ਇਹ ਨੂੰ ਆਨੀ ਆ ਮੈਂ ਪੇਟ ਪੇਟ ਕੇ ਥੱਕ ਗਈ ਆ ਇਹਨ ਜੀ ਬਲਾ ਕੋਈ ਬੰਦਾ ਕੋਝ ਤਾਂ ਵੇਦਾ ਹੀ ਏ ਓਏ ਅੱਲਾ ਪਿਆ ਸੋ ਉਹਨ ਗੱਲ ਚੰਗਾ ਪੁੱਛੀ ਮੋੜ ਪਿਆ ਕਮੜ ਮੋੜ ਤੂੰ ਆਖ ਸੇਕ ਦੇ ਹੋਸੀ ਤੂੰ ਆਖਣਾ ਬ ਮੇਰੀ ਮਾਂ ਸੱਚੀ ਖਪਦੀ ਆ
मैं मेरी भैन बौका बन गया हर कोई मैं भैड़ा समझे हां मैं पोतर दे हक के चंगा बने दे हक के चंगा लेकिन मैं बौका बन हां हुन इथे देख ला का हुन बिरान के पे आदा मैं ते कॉलेज दाखला के सचुअर ना पढ़ा सकदे हां तो पढ़ावा हुन हुन हिका गल दिख लोती अब्बा मुड़ नाल पई गलेंदी आई हां ओ सिया साते तू जा में ना सिया साते सारी पैसे खावण वास्ते भाई आज मैं आ जड़ा है ना आई उतू दा हो के आवे ना ते आ मूलियां नु जरा वेखे ना पत्ते वे पीले पीले होए पन पता नहीं क्यों होए पर पता नहीं ना तो की करेंदे हो एदा कोई हां एनु चंगी रीत वेखे ना ते एनु गोडी दे छ मैं तानी हाय हो गया खलोतियां खड़ियां खलोतियां पानी ज्यादा चला गई ने ओए गल सुन मान जेड़ा कोई तोडी सलाह ना हो मैं हुन होवण नहीं देंदा आलिया साहिबा आलिया साहबा एक गल में मलंगी का नहीं ना मन देंदा ओए असी जिम्मेदार आ हैं पैसा साडे को ही है लेकिन ए तरह के फिर पियो हम दे लुटन पिटन वास्ते हां चल हां जी भरजाई तुसी सुनाओ ठीक हां अल्हम्दुलिल्लाह खैर खैरियत नाल पहुंच गए हां शुक्र अल्हम्दुलिल्लाह अच्छा गल सुनो जी ए मैं गल थोड़े नाल करनी आई पई है शॉपिंग कर लई है तुसा सारी हां कर लई है सब बस अच्छा इन्ने के मान और अमन कोई दित्यान पैसे अच्छा ते ओ जसले अब्बू ना दित्ता है ना 3000 रुपया हां कुछ मैं ओदे नाल रला सट्टियां दे मैं 1 लाख रुपया दे के गैन सालगिरह वास्ते अच्छा ते कुछ मैं पैसे होर भी जोड़ी वदिया ठीक है तुसी हुन इस तरह करया है ना कि 2-4 दिन ताई फोन करया ते आख्या है भाई ना तुसी ना आलिया ने कोई देख के छड़ जाओ अच्छा नाले मैं अपनी तबीयत खराब दा ना करे सने कि मेरी तबीयत खराब है ते कुछ दिन मैं उदे अम्मी और अब्बू और कोल जा रहा ठीक है और तुसी ते मैं रल के ते शॉपिंग कर लसा है ना हां ठीक है टुरदे हां बाकी मोड़ मैं ये आख सके अब्बू और इतना मेनू ना शॉपिंग करके दीती है कल नु समझया करो ना मैं समझ आ गई यार इत्ते तुहानू पता है भाई चलो कमी ते कोई नहीं किसी चीज दी मेनू लेकिन ये वे के मोड़ अक्सर मैं आवा ता अम्मी और ही पूछ देन भाई की लाए आई है तो हूं तो मैंने पता है कितने मेरे नाल चंगे नो लेकिन ये वे के मान दे सामने मुड़ो बड़ी गल करन दी कोशिश कर दे कोई ला ले सना मान दे भी कोई कपड़े ला ले सना ते जुतियां ते कोई नोकिए दे कुछ अपने इस तरह करके कोई थोड़ी जी शॉपिंग कर ले सा ठीक है ते सुनाओ तुसी अपने सारी कर ली हां कोई थोड़ी जी रह गई है बाकी कर ले ये फिर तू आएंगे ना तेरे नाल रल के जावांगे ते करांगे ते शादी दा की बनाई वदे कितना क भला हुंदा है दूसरा टाइम रह गया शादी दा बस तो 1 महीने रह गए तकरीबन सारी बड़ा मजा आवना सारे खजना रले होए आवना सही एंजॉय कर अच्छा मैं अब्बू और अंकल फोन करवावांगी ना मान नु हां फिर अब्बू और याखड़गे मान नहीं नहीं किसी ने उस टाइम कॉल करया है ना कि जिस टाइम वो घर बैठे हो मेरे मान जी तू जिस टाइम मान जी कॉल और मिस कॉल में दे दे ना हां फिर मैं पता लग जाएगा फिर अब्बू ना खंगी कॉल कर दे चल ठीक ठीक ओके अल्लाह हाफिज़ अच्छा गल सुनो जी जी ओ तो शुक्र है मेरे कोल पैसे वधे आ ते दस्ती मैं ओदे सामने शुक्र फद्दा ही बार-बार ते मैं गिरन दे बल कितने ने किना ने मैं लाख आक बैठी अच्छा ओ हाई को 40-50 सा लेकिन उन अंदाजा बड़ा तेज है उना दा ओ आ देन के पैसे थोड़े ना अच्छा जवान पुत्र लाके 24 घंटे अंदर वड़िया राणा वरिया नवे माहौल में डिठे ਤੁਹਾਨੂੰ ਪਤਾ ਹੈ ਵੀ ਅੱਬੂ ਰੀ ਵੀ ਆਵੇਂ ਦਾ ਸਨ ਸਿਰ ਤੇ ਹੱਥ ਰੱਖਿਆ ਤੇ ਬਸ ਸਾਈਡ ਤੇ ਆਪਣੇ ਕਮਰੇ ਇਹਨਾਂ ਦੇ ਅਜੀਬ ਮੈਂ ਮਾਹੌਲ ਵੇਖੇ ਨੇ ਪਿੰਡ ਵਾਲੇ ਨਾਲ ਨਾ ਕੋਈ ਸਾਹ ਪੁੰਦੇ ਨੇ ਤੇ ਗੱਪਾਂ ਤੇ ਬਸ ਇਹਨਾਂ ਦੀ ਤਾਂ ਮਾਂ ਪੁੱਤਰਾਂ ਦੀਆਂ ਨਹੀਂ ਖਾਤਾ ਮੋਂਦੇ ਇਹ ਪਿੰਡ ਵਾਲੇ ਨਾ ਫਿਰ ਹੌਲੀ ਹੌਲੀ ਜੈਸਟ ਹੋ ਜਾਸੇ ਤੂੰ ਵੀ ਕੋਈ ਨਾ ਟੈਨਸ਼ਨ ਯਾਰ ਮੈਨੂੰ ਨਾ ਆਪ ਇੱਥੇ ਮੈਂ ਬੜੀ ਤੰਗ ਆ ਮੇਰੇ ਹੱਥ ਪੈਰ ਇਤਨੇ ਕਾਲੇ ਹੋਏ ਪੈਣ
ਇੱਥੋਂ ਮੁੜਵੇ ਨਿਕਲਣ ਦਾ ਨਾਂ ਹੀ ਨਹੀਂ ਲੈਂਦੇ ਚਲਾ ਜਾ ਨਾ ਮਹੀਨਾ ਇੱਕ ਰਹਿ ਜਾ ਫਿਰ ਫਰੈਸ਼ ਹੋ ਕੇ ਤੇ ਚਲੀ ਜਾਵੀਂ ਅੱਛਾ ਗੱਲ ਸੁਣ ਉਹ ਅੱਜ ਕੱਲ ਆਇਆ ਨਹੀਂ ਵਧਾ ਉਹ ਦੂਸਰਾ ਅਲਟਰਾ ਫੇਸ਼ੀਅਲ ਮੈਂ ਉਹ ਵੀ ਕਰਵਾਉਣਾ ਮੇਰੀ ਸਕਿਨ ਇਤਨੀ ਖਰਾਬ ਹੋਈ ਪਈ ਹੈ ਨਾ ਸਾਰੇ ਦਾਣੇ ਬਣੇ ਨਵਾਂ ਪਾਰਲਰ ਬਣਿਆ ਇੱਥੇ ਬਹੁਤ ਅੱਛਾ ਫੇਸ਼ੀਅਲ ਵਗੈਰਾ ਕਰਦੀਆਂ ਨੇ ਤੂੰ ਸਿਲੰਡਰ ਨਹੀਂ ਭਰਾ ਕੇ ਰਾਜ਼ੀ ਕੀ ਹੈ ਜੀ ਅਸੀਂ ਤੇ ਜੱਟਾਂ ਤੇ ਲੱਕੜੀਆਂ ਬਲਦੀਆਂ ਮੇਰੇ ਹੱਥ ਪੈਰ ਇਤਨੇ ਘੋੜੇ ਮੈਂ ਤੁਹਾਡੇ ਆਉਣ ਤੋਂ ਪਹਿਲੇ ਸਾਰਾ ਖਾਣਾ ਕੱਲ ਮੈਂ ਤੇ ਆਲੀਆ ਤੇਰੀ ਸ਼ਾਦੀ ਤੋਂ ਪਹਿਲੇ ਆਖਿਆ ਸੀ ਕਿ ਸੋਚ ਲੈ ਤੁਸੀਂ ਉਹ ਛੱਡੋ ਉਹ ਇੰਤੇ ਬੜੀਆਂ ਗੱਲਾਂ ਕਰੇ ਨੇ ਕਿ ਅਸੀਂ ਬੜੇ ਵੱਡੇ ਜ਼ਿੰਮੇਦਾਰ ਆ ਤੁਸੀਂ ਇਹ ਦੱਸੋ ਬਈ ਇਹਨਾਂ ਦੇ ਮਹੱਲੇ ਦੇ ਵਿੱਚ ਕੋਈ ਕੰਮ ਮਾਰੀ ਕੰਮ ਨਹੀਂ ਕਰਨ ਆਉਂਦੀ ਹਾਂ ਮੈਂ ਵੈਸੇ ਵੇਖਿਆ ਉਹ ਬੰਦਾ ਤੁਸੀਂ ਰੱਖਿਆ ਆ ਕੰਮ ਉਹ ਮੈਂ ਰੱਖਿਆ ਮੈਂ ਸੱਦਿਆ ਤੇ ਉਹ ਆਇਆ ਇਹਨਾਂ ਦੇ ਆਖੇ ਖੈਰੀ ਕਿਸੇ ਆਉਣਾ ਬਸ ਕਿਸੇ ਨੇ ਕੋਈ ਚੀਜ਼ ਦੇ ਵੀ ਹੈ ਤਾਂ ਹੀ ਆਲੀ ਆਉਂਦਾ ਇਹ ਗੱਲ ਤੇ ਹੈ ਵੈਸੇ ਅੱਬੋ ਰੀ ਸਹੀ ਕਰਦੇ ਨੇ ਦਿਹਾੜੀ ਦਿੱਤੀ ਬੰਦਿਆਂ ਕੋਲ ਕੰਮ ਕਰਾ ਲਿਆ ਇੱਥੇ ਉਹ ਗੱਲ ਕਾਈ ਨਹੀਂ ਉਹ ਇੱਥੇ ਤੇ ਕਮੀਆਂ ਦੇ ਵੀ ਐਡੇ ਨਖਰੇ ਨੂੰ ਤੇ ਐਡੀਆਂ ਗੱਲਾਂ ਉਹ ਕਰੇਂਦੇ ਨਹੀਂ ਆਲੀਆ ਕਮੀ ਨਖਰਾ ਨਹੀਂ ਕਰਦੇ ਜਦੋਂ ਉਹਨਾਂ ਨੂੰ ਕੋਈ ਚੀਜ਼ ਦੇ ਵੀ ਹੈ ਨਾ ਫਿਰ ਉਹ ਵੀ ਆ ਜਾਂਦੇ ਨੇ ਪਹਿਲੇ ਸਦੇ ਜਦੋਂ ਉਹਨਾਂ ਦੇਣੀ ਕੋਈ ਚੀਜ਼ ਨਹੀਂ ਫਿਰ ਅੱਬੂ ਨਾ ਆਖੋ ਨਾ ਮੈਨੂੰ ਲੈ ਜਾਵੇ ਨਾ ਕਿ ਮੈਂ ਇੱਥੇ ਬਹੁਤ ਥੱਕੀ ਪਈ ਆ ਬਹੁਤ ਰੋ ਗਈ ਆ ਮੈਂ ਮੋਰੀ ਅੰਦੇ ਨਾ ਸ਼ਾਮ ਨੂੰ ਪਾਰਲਰ ਨਹੀਂ ਜਾ ਸਕਦੇ ਬਾਜ਼ਾਰ ਨਹੀਂ ਜਾ ਸਕਦੇ ਜੀ ਅਸੀਂ ਜ਼ਿੰਮੇਦਾਰ ਆ ਜੀ ਐਸੇ ਕਮਾਲ ਹੈ ਯਾਰ ਇਹ ਅਜੀਬ ਗੱਲ ਅੱਛਾ ਤੂੰ ਟੈਨਸ਼ਨ ਨਾ ਲਓ ਬੋਰੀਆਂ ਦੇ ਤੇ ਮੈਂ ਸ਼ਾਮੀ ਮਾਰ ਅੱਛਾ ਬਣਾ ਵੀ ਕਿਤੇ ਰਹਿ ਗਈ ਆ ਗਈ ਸ਼ਦਾਦ ਅੱਛਾ ਠੀਕ ਹੈ ਤੁਹਾਡੇ ਭਾਈ ਬੁਲਾਉਂਦੇ ਭੈਣ ਮੈਂ ਅਰ ਸ਼ਾਮ ਨੂੰ ਕਾਲ ਕਰਵਾਵਾਂਗੀ ਬੋਰ ਅੱਛਾ ਤੁਸੀਂ ਇਹ ਮੇਰੀ ਗੱਲ ਸੁਣੋ ਨਾ ਜੀ ਇਸ ਵਾਰੀ ਉਹ ਗੱਲ ਯਾਦ ਰੱਖਿਆ ਕਿ ਮੈਂ ਆਉਣਾ ਤੇ ਰਲ ਕੇ ਸ਼ਾਪਿੰਗ ਕਰਨੀ ਔਰ ਤੁਰਦੇ ਆ ਬਾਕੀ ਮੁੜ ਤੁਸੀਂ ਮਾਨ ਮੈਨ ਮੈਂ ਫੋਨ ਕਰ ਸਕੇ ਮਾਨ ਮੈਨ ਲੈਣ ਆਵੇ ਹਾਂ ਜਦੋਂ ਲੈਣ ਆਵੇ ਉਹ ਸ਼ਾਪਿੰਗ ਸਾਰੀ ਤੁਸੋਂ ਦਿਸਾਵੇਂ ਮੈਂ ਦੇਵਣੀ ਹੈ ਤਾਂ ਕਿ ਉਹਨੂੰ ਪਤਾ ਲੱਗੇ ਕਿ ਮੈਨੂੰ ਅੱਬੂ ਹੋਰਾਂ ਕਰਾਈ ਸਾਰੀ ਸ਼ਾਪਿੰਗ ਮੈਂ ਸਮਝ ਗਈ ਤੇਰੀ ਸਾਰੀ ਗੱਲ ਤੇ ਅੱਬੂ ਹੋਰਾਂ ਆਖਣਾ ਜਿਸਲੇ ਮਾਨ ਘਰ ਵਿੱਚ ਇਸਲੇ ਉਸ ਲਈ ਕਾਲ ਕਰਨ ਤੇ ਆਖਣ ਕਿ ਮੈਂ ਲੈਣ ਆਉਂਦਾ ਮੈਂ ਤੈਨੂੰ ਜਿਹੜਾ ਤਰੀਕਾ ਦੱਸਿਆ ਤੂੰ ਮੈਨੂੰ ਮਿਸ ਕਾਲ ਦੇ ਦੇ ਜਾਂ ਮੈਸੇਜ ਕਰ ਦੇ ਆ ਠੀਕ ਠੀਕ ਓਕੇ ਅੱਲਾ ਚਲ ਠੀਕ ਹੈ ਭਾਬੀ ਅੱਲਾ ਸ਼ੁਕਰ ਹੈ ਭਾਬੀ ਅੱਛੀ ਹੈ ਹਰ ਗੱਲ ਮੇਰੀ ਮੰਨ ਜਾਂਦੀ ਹੈ ਇਹਨਾਂ ਤੇ ਇੱਥੇ ਮੈਨੂੰ ਨੌਕਰ ਬਣਾ ਕੇ ਰੱਖ ਲਿਆ ਬਈ ਜੀ ਕੀ ਹੈ ਜੀ ਹੁਣ ਮੈਂ ਆਈ ਹਾਂ ਅਤੇ ਆਈ ਹੈ ਹਾਲਤ ਵੇਖ ਮੇਰੀ ਹੋਈ ਪਈ ਤੋਬਾ ਇੱਕ ਠੰਡ ਇਤਨੀ ਹੈ ਦਿਲ ਨਹੀਂ ਕਰਦਾ ਬੰਦੇ ਦਾ ਬਾਹਰ ਨਿਕਲਣ ਨੂੰ ਉਹ ਕੀ ਹੈ ਦਸ 15,000 ਜੇਕਰ ਕੋਈ ਕੰਮ ਵਾਲੀ ਮਿਲ ਜਾਵੇ ਤਾਂ ਰੱਖ ਲਵਨ ਇਹ ਵੀ ਸਾਰਾ ਮੇਰੇ ਕੋਲੋਂ ਕਰਾਵਣ ਦੇ ਚੱਕਰਾਂ 'ਚ ਹਨ ਸੁਬਹਾ ਸੁਬਹਾ ਜੀ ਨੌਕਰੀ ਇੰਤਜ਼ਾਰ ਕਰੋ ਉਹਨੂੰ ਨਾਸ਼ਤਾ ਦਿਓ ਜੀ ਉਹ ਸਕੂਲ ਜਾਵੇ ਫਿਰ ਜੀ ਦੁਪਹਿਰ ਹੀ ਉਸਦੇ ਆਉਣ ਦਾ ਲੰਚ ਤਿਆਰ ਕਰੋ ਥੱਕ ਗਿਆ ਬੰਦਾ ਸਿਰ ਦੀ ਪੀੜ ਉਤਰਦੀ ਨਹੀਂ ਹੈ ਯਾਰ ਮਾਨ ਮੈਂ ਮਾਨ ਤਾਂ ਸੁੱਤਾ ਪਿਆ ਮਾਨ ਉਤਰ ਠੀਕ ਹੈ ਨਾ ਮੇਰਾ ਪੁੱਤਰ ਹਾਂਜੀ ਮੈਂ ਕੰਮ ਆ ਇੱਕ ਨਿੱਕਾ ਜਿਹਾ ਤੇਰੇ ਨਾਲ ਕੀ ਹੋਇਆ ਮੈਨੂੰ ਇੱਕ 1,000 ਰੁਪਏ ਦੀ ਲੋੜ ਆਈ ਜੇਕਰ ਡੋਪ ਨਾ ਤਾਂ ਅਮੀ ਉਹ ਤਾਲੀਆ ਕੋਲ ਲੈ ਲਓ ਉਹਦੇ ਕੋਲ ਪੈਸੇ ਹਾਂ ਉਹਦੇ ਕੋਲ ਮੰਗਾ ਲਿਆ ਕੋਲੋਂ ਆਲੀਆ ਮੈਂ ਦੇਂਦੀ ਏ ਮੈਂ ਤਾਂ ਕਦੀ ਨਾ ਮੰਗਾ ਉਹਦੇ ਕੋਲ ਉਹ ਦੇਸੀ ਅਮੀ ਜਾ ਕੇ ਲੈ ਲਾ ਦੇਸੀ ਉਹ ਸੁਪੇ ਕਹਿੰਦਾ ਤਾਂ ਪਹਿਲਾਂ ਗੋ ਗੁਬਾਰ ਲਵੇ ਓਏ ਮੱਕੀ ਉਹਦਾ ਗੱਤਰੀ ਤੇ ਲੱਗੀ ਜਾ ਉੱਪਰ ਬੈਠੇ ਸਹੀ ਅੱਛਾ ਤੇ ਕਿਦੇ ਲੱਗੀ ਜਾ ਇਹ ਤੂੰ ਮੈਂ ਤੇਰੇ ਕੋਲ ਮੰਗਦੀ ਪਈ ਹੁਣ ਉਹਦੇ ਮੂੰਹ ਥਾ ਜਾਣ ਮੈਂ ਕੀਤਾ ਪਿਛਲਾ ਪਾਰਾ ਮੈਨੂੰ ਉਹਦੇ ਉਹਦੇ ਕੋ ਤੱਲੀ ਕੀਤੀ ਓਏ ਉਹਨ ਮੇਰਾ ਨਾਂ ਨਹੀਂ ਤਿੰਦੇ ਸੀ ਉਹੀ ਖਰਚਾ ਮੈਂ ਪੈਸੇ ਰੱਖਿਓ ਸੇ ਕੋਲ ਨੂੰ ਇਸ ਟੈਂ ਬੋਝ ਕੋਈ ਨਹੀਂ ਵਦੇ ਮੈਂ ਬੋਝ ਕੋਈ ਨਹੀਂ ਵਦੇ ਮੈਂ ਤੂੰ ਇਹ ਦੱਸੋ ਭਈ ਇਹ ਜਿਹੜੇ ਉਹ ਜਿਹੜੇ ਹੁਣ ਉਸ ਜਿਹੜੇ ਪਿਆ ਨੂੰ 1,00,000 ਦੇਗਾ ਉਹ ਜਿਹੜਾ ਜਿਹੜਾ ਤੇਰਾ ਸਹੁਰਾ ਸ਼ਰੀਫ ਆਏ ਉਹ ਤਾਂ ਕਿਸੇ ਨੂੰ ਮੰਗਵਾ ਗੁਨਾਹ ਨਾ ਦੇ ਤੇ ਰਾਜ਼ੀ ਹੋਇਆ ਹੈ ਮੋੜਣ ਵਾਲੇ ਸ਼ੁਰੂ ਹੋ ਜਾ ਸ਼ੁਰੂ ਹੋ ਜਾ ਹਾਂ ਸੜਦਾ ਹੈ ਹੁਣ ਮੈਂ ਆ ਵੇਖ ਤੇਰੇ ਮੁਤਾਜ ਹੋਈ ਬੈਠੀ ਤੂੰ ਹੀ ਮੈਨੂੰ ਪਿਆ ਦਾ ਮੁਤਾਜ ਕਰੇ ਦੋ ਕਿ ਤਾਂ ਤੇਰਾ ਹਾਂ ਮਠੜਦਾ ਖੱਪ ਕੇ ਖੱਪਣਾ ਪਾਉਂਦਾ ਨੂੰ ਅਲੀ ਖਾਨ ਪੜ੍ਹਨ ਮਸਰੂਫ ਹੈ ਤੇ ਤੇਰੇ ਕੋਲ ਮੈਨੂੰ ਕਾਸ਼ਾ ਦੀ ਲੋੜ ਪਾਉਣੀ ਮੇਰਾ ਪੁੱਤਰ ਮੈਂ ਤੇਰੇ ਕੋਲ ਹੀ ਮੰਗਣਾ ਮੈਂ ਤੇ ਲਿਆਣ ਦੇਣਾ ਰੋਲਾ ਕੱਢਦੀ ਰੋਲਾ ਕੱਢਦੀ ਕਿ ਉੱਠੀ ਮੈਨੂੰ ਪਹਿਲੇ ਮੈਨੂੰ ਲਿਆ ਦੇ ਮੈਨੂੰ ਲੋੜ ਹੈ ਮੈਂ ਲੋੜ ਹੈ ਤਾਂ ਮੰਗੇ ਨਾ ਤਾਂ ਨਹੀਂ ਮੰਗੇ ਓਏ ਅੱਲਾ ਅੰਮਾ ਦੇਣਾ ਉਹ ਤੂੰ ਸਾਹਮਣੇ ਦੀ ਜ਼ਰੂਰਤ ਕੋ ਸਨੇ ਆ ਜਾ ਵੀ ਤੇ ਢੇਲ ਨਹੀਂ ਨਾ ਗੱਤੇ ਬਾਜ ਵਗੇ ਹੁਣ ਕੀ ਕੀ ਗੱਲ ਵੇਸ ਪਹਿਲੇ ਮੇਰੇ ਸੋਹਰੇ ਆਏ ਖਲੋਤੇ ਹੋ ਸੋਹਰੇ ਤਾਂ ਮੁੰਡਾ ਜੀ ਮੈਂ ਪਰ ਨਾ ਹੀ ਮੇਣਿਆ ਕਰਨ ਆਇਆ ਮੇਣਿਆ ਕਰਨ ਕਰਨੀ ਪੰਦੀ ਕਰਨੀ ਪੰਦੀ ਉਹ ਤਾਂ ਇੱਕ ਇੱਕ ਪਤਾ ਨਹੀਂ ਮੈਂ ਤਾਂ ਉਹਨਾਂ ਕਦੀ ਨਹੀਂ ਡਿੱਠਾ ਦੇਂਦਿਆ ਕਦੀ ਕੋ ਕਾਸ਼ ਜ਼ਰੀ ਇੱਕ ਦੇ ਮੈਨਾਂ ਉਹ ਚਾਈ ਵਦੀ ਉਸੇ ਸਾਰੇ ਸ਼ਹਿਰ ਵਿੱਚ ਉਹ ਆ ਮੇਰੇ ਪੁੱਤ ਮੇਰੇ ਪਿਓ ਮੈਂ ਗੱਲ ਦੱਸਾਂ ਤੈਨ ਜੇ ਤੋਂ ਸੈਨੀ ਮਰੀਜ਼ ਹੋ ਜਾਵਣ ਮੈਂ ਤੇ ਨਹੀਂ ਦੱਸਦਾ ਤੇ ਹੋਰ ਟੌਪਿਕ ਘਰੇ ਕੋਈ ਲੱਦੋਇਆ ਇੱਕ ਮੇਰੇ ਤੇ ਸਹੁਰੇ ਲੱਦੋ ਜਿਹਨਾਂ ਦੇ ਪਿੱਛੇ ਤੂੰ ਪਈ ਹੋਈ ਹਰ ਟਾਈਮ ਪਈ ਹੋਈ